ਨਾਮ ਵਾਹਿਗੁਰੂ ਸਾਹਿਬ ਜੀਓ ਸਤ ਬਚਨ ਸਾਧੂ ਉਪਦੇਸ਼ ਸਤ ਤੇ ਜਨ ਜਾ ਕੈ ਹਿਰਦੈ ਪਰਵੇਸ਼ ਸਤ ਨਿਰਤ ਬੂਝੈ ਜੇ ਕੋਈ ਨਾਮ ਜਪਤ ਤਾ ਕੀ ਗਤ ਹੋਏ ਆਪ ਸਤ ਕੀਆ ਸਭ ਸਤ ਆਪੇ ਜਾਣੈ ਆਪਣੀ ਮਿਤ ਗਤ ਜਿਸ ਕੀ ਸ੍ਰਿਸ਼ਟ ਸੋ ਕਰਨੈ ਹਾਰ ਅਵਰ ਨ ਬੂਝ ਕਰਤ ਵਿਚਾਰ ਕਰਤੇ ਕੀ ਮਿਤ ਨ ਜਾਣੈ ਕੀਆ ਨਾਨਕ ਜੋ ਤਿਸ ਭਾਵੈ ਸੋ ਵਰਤਿਆ ਕਰਤੇ ਕੀ ਮਿਤ ਨ ਜਾਣੈ ਕੀਆ ਨਾਨਕ ਜੋ ਤਿਸ ਭਾਵੈ ਸੋ ਵਰਤਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਪਾਵਨ ਚਰਨਾਂ ਦੇ ਅੰਦਰ ਪਿਆਰ ਭਰੀ ਗੋਦ ਦਾ ਆਨੰਦ ਮਾਣ ਰਹੇ ਗੁਰੂ ਪਿਆਰ ਵਾਲੀ ਗੁਰੂ ਸਵਾਰੀ ਸਤਸੰਗੀ ਜਨੋ ਪਾਵਨ ਬਾਣੀ ਸ਼੍ਰੀ ਸੁਖਮਨੀ ਸਾਹਿਬ ਜੀ ਦੀ 16ਵੀਂ ਅਸ਼ਟਪਦੀ ਦੀ 7ਵੀਂ ਪੌੜੀ ਦਾ ਪਾਠ ਸਰਵਨ ਆਪ ਜੀ ਨੇ ਕੀਤਾ, ਆਪਾਂ ਸੰਗਤੀ ਰੂਪ ਉਚਾਰਿਆ। ਅੱਜ ਇਸ ਪਾਵਨ ਪੌੜੀ ਨੂੰ ਸਮਝਣ ਦਾ ਵਿਚਾਰਨ ਦਾ ਆਪਾਂ ਯਤਨ ਕਰਾਂਗੇ। ਸਤ ਬਚਨ ਸਾਧੂ ਉਪਦੇਸ਼। ਉਪਦੇਸ਼ ਦਾ ਅਰਥ ਹੈ ਸਿੱਖਿਆ, ਸਾਧੂ ਦਾ ਅਰਥ ਹੈ ਗੁਰੂ। ਗੁਰੂ ਦੀ ਦਿੱਤੀ ਹੋਈ ਸਿੱਖਿਆ, ਗੁਰੂ ਦਾ ਦਿੱਤਾ ਹੋਇਆ ਬਚਨ ਸਦੀਵੀ ਸੱਤ ਹੈ। ਸੱਤ ਦਾ ਅਰਥ ਇੱਥੇ ਬਣਦਾ ਹੈ ਜਿਸ ਉੱਤੇ ਕਿਸੇ ਹਾਲਾਤ ਦਾ, ਕਿਸੇ ਵਕਤ ਦਾ, ਕਿਸੇ ਸਮੇਂ ਦਾ ਕੋਈ ਅਸਰ ਨਹੀਂ ਹੈ। ਜਿਵੇਂ ਵਾਹਿਗੁਰੂ ਪਰਮੇਸ਼ਰ ਹੈ ਨਾ, ਉਹ ਸੱਤ ਕਿਉਂ ਹੈ? ਕਿਉਂਕਿ ਗੁਰਮੁਖ ਉਹਦੇ ਉੱਤੇ ਸਮੇਂ ਦਾ ਕੋਈ ਪ੍ਰਭਾਵ ਨਹੀਂ ਹੈ। ਆਪਾਂ ਕਹਿੰਦੇ ਹਾਂ ਅਕਾਲ, ਕਾਲ ਦੇ ਦੋ ਅਰਥ ਬਣਦੇ ਆ। ਇੱਕ ਤਾਂ ਕਾਲ ਕਹਿੰਦੇ ਨੇ ਸਮੇਂ ਨੂੰ, ਜਿਵੇਂ ਭੂਤ ਕਾਲ, ਭਵਿੱਖ ਕਾਲ, ਵਰਤਮਾਨ ਕਾਲ। ਇੱਕ ਕਾਲ ਦਾ ਅਰਥ ਹੁੰਦਾ ਮੌਤ,
ਇਹਦਾ ਕਾਲ ਨਜ਼ਦੀਕ ਹੈ, ਮੌਤ ਨਜ਼ਦੀਕ ਹੈ। ਉਹ ਵਾਹਿਗੁਰੂ ਪਰਮੇਸ਼ਰ ਨੂੰ ਕਿਹਾ ਜਾਂਦਾ ਅਕਾਲ, ਅੱਗੇ ਲੱਗ ਗਿਆ ਆੜਾ। ਜਦੋਂ ਅਕਾਲ ਆ ਗਿਆ ਅਤੇ ਅੱਗੇ ਲੱਗ ਗਿਆ ਆੜਾ, ਉਹਦਾ ਅਰਥ ਹੈ ਰਹਿਤ। ਉਹ ਸਮੇਂ ਤੋਂ ਵੀ ਰਹਿਤ ਹੈ, ਉਹ ਮੌਤ ਤੋਂ ਵੀ ਰਹਿਤ ਹੈ। ਭਾਵ ਕੀ, ਉਹ ਜਿਹੜਾ ਵਾਹਿਗੁਰੂ ਪਰਮੇਸ਼ਰ ਹੈ ਉਹ ਸਮੇਂ ਦੇ ਅਧੀਨ ਨਹੀਂ ਹੈ, ਉਹਦੇ ਉੱਤੇ ਸਮੇਂ ਦਾ ਪ੍ਰਭਾਵ ਨਹੀਂ ਹੈ, ਉਹਦੇ ਉੱਤੇ ਮੌਤ ਦਾ ਵੀ ਕੋਈ ਪ੍ਰਭਾਵ ਨਹੀਂ ਹੈ। ਆਪਾਂ ਜਿੰਨੇ ਬੈਠੇ ਹਾਂ ਅਸੀਂ ਸਾਰੇ ਕਾਲ ਵਸ ਹਾਂ। ਕਾਲ ਵਸ ਦਾ ਅਰਥ ਹੈ ਸਮੇਂ ਦੇ ਵਸ ਵਿੱਚ ਆ। ਸਮੇਂ ਨਾਲ ਅਸੀਂ ਛੋਟੇ ਸੀ, ਸਮੇਂ ਨਾਲ ਇਨਸਾਨ ਵੱਡਾ ਹੁੰਦਾ, ਸਮੇਂ ਨਾਲ ਉਹਦੇ ਸਰੀਰ ਦੀ ਪ੍ਰਕਿਰਿਆ ਵੀ ਬਦਲਦੀ ਹੈ, ਸਰੀਰ ਦੇ ਨਾਲ ਬਜ਼ੁਰਗ ਵੀ ਹੁੰਦਾ। ਵਾਹਿਗੁਰੂ ਪਰਮੇਸ਼ਰ ਨੇ ਜੋ ਕੁਛ ਵੀ ਬਣਾਇਆ ਉਹ ਸਭ ਕੁਝ ਸਮੇਂ ਦੇ ਅਧੀਨ ਹੈ। ਅਸੀਂ ਤੁਸੀਂ ਛੱਡੋ, ਜਿਨ੍ਹਾਂ ਨੂੰ ਦੁਨੀਆਂ ਦੇ ਲੋਕਾਂ ਨੇ ਰੱਬ ਕਹਿ ਕੇ ਪੂਜਿਆ ਉਹ ਅਵਤਾਰੀ ਪੁਰਸ਼ ਵੀ ਸਮੇਂ ਦੇ ਅਧੀਨ ਹੈ। ਤਾਂ ਹੀ ਗੁਰੂ ਤੇਗ ਬਹਾਦਰ ਸਾਹਿਬ ਨੇ ਕਿਹਾ ਨਾ, ਰਾਮ ਗਇਓ, ਅਗਲਾ ਕੀ ਬਚਨ ਹੈ, ਰਾਵਣ ਗਇਓ, ਆਏ ਤੇ ਗਏ ਕਿਉਂਕਿ ਸਮੇਂ ਦੇ ਅਧੀਨ ਸੀ। ਇਸ ਕਰਕੇ ਸਤਿਗੁਰੂ ਗੁਰੂ ਅਰਜਨ ਸਾਹਿਬ ਪਾਤਸ਼ਾਹ ਕਹਿੰਦੇ ਭਾਈ ਜਿਹੜਾ ਗੁਰੂ ਹੈ ਨਾ, ਜਿੱਥੇ ਗੁਰੂ ਆਪ ਸ਼ਬਦ ਰੂਪ ਦੇ ਵਿੱਚ, ਗਿਆਨ ਰੂਪ ਦੇ ਵਿੱਚ ਸਦੀਵੀ ਹੈ। ਆਪਾਂ ਕੱਲ੍ਹ ਗੱਲ ਵਿਚਾਰੀ ਸੀ ਕਿ ਸਤ ਪੁਰਖ ਸਭ ਮਾਹੇ ਸਮਾਣੀ, ਕਰਤੂਤ ਸਤ ਸਤ ਜਾ ਕੀ ਬਾਣੀ। ਕੱਲ੍ਹ ਵਿਚਾਰ ਕੀਤੀ ਸੀ ਨਾ ਵੀ ਸਤ ਜਾ ਕੀ ਬਾਣੀ, ਉਹਦੀ ਬਾਣੀ ਜਿਹੜੀ ਹੈ ਉਹ ਸਤ ਹੈ, ਸਦੀਵੀ ਹੈ। ਇਕੱਲੀ ਗੁਰੂ ਦੀ ਬਾਣੀ ਸਦੀਵੀ ਨਹੀਂ ਹੈ, ਗੁਰੂ ਦਾ ਉਪਦੇਸ਼, ਗੁਰੂ ਦੀ ਸਿੱਖਿਆ ਵੀ ਸਤ ਬਚਨ ਹੈ। ਅਰਥ ਕੀ ਬਚਨ, ਇਹ ਬਚਨ ਸਦੀਵੀ ਹੈ, ਇਹ ਮਿਟਣ ਵਾਲਾ ਨਹੀਂ ਹੈ। ਸਤ ਬਚਨ ਸਾਧੂ ਉਪਦੇਸ਼, ਸਾਧੂ ਗੁਰੂ ਰੂਪੀ ਸਾਧੂ ਦਾ ਉਪਦੇਸ਼ ਸਤ ਬਚਨ ਹੈ, ਸਦੀਵੀ ਬਚਨ ਹੈ, ਉਹ ਬਚਨ ਸਦਾ ਹੀ ਚੱਲਦਾ ਹੈ। ਇੱਕ ਬਚਨ ਅਸੀਂ ਪੜ੍ਹਦੇ ਹਾਂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਬਾਣੀ ਅੰਦਰ, ਗੁਰ ਕਾ ਬਚਨ ਬਸੈ ਜੀ ਨਾਲੇ। ਇੱਕ ਵਾਰੀ ਬੋਲੋ, ਗੁਰ ਕਾ ਬਚਨ ਬਸੈ ਜੀ ਨਾਲੇ। ਗੁਰੂ ਦਾ ਦਿੱਤਾ ਹੋਇਆ ਬਚਨ ਮੇਰੀ ਆਤਮਾ ਦੇ ਨਾਲ ਚੱਲਦਾ, ਆਤਮਾ ਦੇ ਵਿੱਚ ਵੱਸਦਾ ਹੈ। ਬਸੈ ਜੀ ਨਾਲੇ, ਸਰੀਰ ਨਾਲ ਨਹੀਂ, ਜਿੰਦੜੀ ਨਾਲ ਵੱਸਦਾ। ਗੁਰੂ ਦਾ ਬਚਨ ਕਿੰਨਾ ਕੁ ਮਹਾਨ ਹੈ। ਕਹਿਣ ਲੱਗੇ ਜਲ ਨਹੀਂ ਡੋਬੈ, ਸਰੀਰ ਨੂੰ ਤਾਂ ਜਲ ਵਿੱਚ ਡੋਬਿਆ ਜਾ ਸਕੀਦਾ, ਪਰ ਗੁਰੂ ਕਾ ਬਚਨ ਤੇ ਜਲ ਦੇ ਵਿੱਚ ਨਹੀਂ ਡੁੱਬਦਾ। ਜਲ ਨਹੀਂ ਡੂਬੈ, ਤਸਕਰ ਨਹੀਂ ਲੇਵੈ। ਤਸਕਰ ਹੁੰਦਾ ਚੋਰ, ਚੋਰ ਤੁਹਾਡੇ ਧਨ ਦੌਲਤ ਨੂੰ ਤਾਂ ਚੋਰੀ ਕਰ ਸਕਦਾ, ਪਰ ਤੁਹਾਡੇ ਅੰਦਰ ਜੋ ਗੁਰੂ ਕਾ ਸ਼ਬਦ ਵਸਿਆ ਹੈ ਉਹਨੂੰ ਚੋਰ ਖੋਹ ਥੋੜਾ ਸਕਦਾ। ਭਾ ਨਾ ਸਾਕੈ ਜਾਲੇ, ਭਾ ਕਹਿੰਦੇ ਨੇ ਅੱਗ ਨੂੰ,
ਗੁਰੂ ਦੇ ਬਚਨ ਨੂੰ ਦੁਨੀਆ ਦੀ ਕੋਈ ਅੱਗ ਸਾੜ ਨਹੀਂ ਸਕਦੀ, ਉਹ ਸਦੀ ਵੀ ਹੈ, ਸੱਤ ਬਚਨ ਹੈ। ਜਿਸ ਦਿਨ ਦਿੱਲੀ ਦੀ ਧਰਤੀ ਉੱਤੇ ਗੁਰਮੁਖੋ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਦੀ ਸ਼ਹੀਦੀ ਤੋਂ ਪਹਿਲਾਂ ਤਿੰਨ ਗੁਰੂ ਕੇ ਸਿੱਖਾਂ ਨੂੰ ਗੁਰੂ ਤੇਗ ਬਹਾਦਰ ਸਾਹਿਬ ਦੇ ਅੱਖਾਂ ਦੇ ਸਾਹਮਣੇ ਸ਼ਹੀਦ ਕੀਤਾ ਗਿਆ ਨਾ, ਆਪਾਂ ਜਾਣਦੇ ਹਾਂ ਸਾਰੇ, ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਦਿਆਲਾ ਜੀ। ਸਰੀਰ ਨੂੰ ਖਤਮ ਕਰ ਦੇਣ ਦੇ ਨਾਲ ਔਰੰਗਜ਼ੇਬ ਦੀ ਜਿੱਤ ਨਹੀਂ ਸੀ ਹੋਈ, ਇਹਨੂੰ ਤਾਂ ਬੜੇ ਧਿਆਨ ਨਾਲ ਸਮਝੋ, ਕਿਉਂਕਿ ਕਿਸੇ ਮਨੁੱਖ ਨੂੰ ਖਤਮ ਕਰ ਦੇਣ ਜਿੱਤ ਨਹੀਂ ਹੁੰਦੀ, ਜਿੱਤ ਹੁੰਦਾ ਉਸਦੇ ਕੋਲੋਂ ਈਨ ਮਨਵਾ ਲੈਣੀ, ਉਸਦੇ ਕੋਲੋਂ ਈਨ ਮਨਵਾ ਲੈਣੀ, ਉਸਨੂੰ ਝੁਕਾ ਲੈਣਾ, ਉਸਨੂੰ ਆਪਣਾ ਹੁਕਮ ਪ੍ਰਵਾਨ ਕਰਵਾ ਲੈਣਾ। ਇਹ ਹਾਰ ਸੀ ਔਰੰਗਜ਼ੇਬ ਦੀ, ਉਹ ਨਹੀਂ ਕਰ ਸਕਿਆ। ਵਾਹਿਗੁਰੂ, ਇਹ ਜਿੱਤ ਸੀ। ਜੇ ਉਹ ਗੁਰੂ ਕੇ ਸਿੱਖਾਂ ਨੂੰ ਧਰਮ ਤੋਂ ਹੀਣੇ ਕਰ ਦਿੰਦਾ, ਉਹਨਾਂ ਨੂੰ ਆਪਣੇ ਈਨ ਮਨਵਾ ਲੈਂਦਾ, ਇਹ ਔਰੰਗਜ਼ੇਬ ਦੀ ਜਿੱਤ ਸੀ। ਗੁਰੂ ਕਿਆ ਸਿੱਖਾਂ ਨੇ ਕਿਹਾ ਅਸੀਂ ਜਿੱਤਾਂ ਨਹੀਂ ਦੇਣਾ, ਇਹਨੂੰ ਜਿੱਤਣ ਨਹੀਂ ਦੇਣਾ, ਔਰ ਸੱਚ ਹੋਇਆ। ਔਰੰਗਜ਼ੇਬ ਨੇ ਸਰੀਰ ਨਾਸ਼ ਕਰ ਦਿੱਤਾ ਸਿੱਖਾਂ ਦਾ, ਸ਼ਹੀਦ ਕਰਵਾ ਦਿੱਤਾ, ਪਰ ਫਿਰ ਵੀ ਹਾਰ ਗਿਆ। ਕਿਉਂ? ਭਾਈ ਮਤੀ ਦਾਸ ਨੂੰ ਆਰੇ ਨਾਲ ਚੀਰਿਆ ਜਾਂਦਾ। ਕਿਉਂ ਚੀਰਿਆ ਜਾਂਦਾ? ਤੂੰ ਆਪਣੇ ਧਰਮ ਨੂੰ ਛੱਡ ਕੇ ਮੇਰਾ ਧਰਮ ਪ੍ਰਵਾਨ ਕਰ ਲੈ। ਭਾਈ ਮਤੀ ਦਾਸ ਨੇ ਕਿਹਾ ਸੀ ਤੂੰ ਮੈਨੂੰ ਆਰੇ ਨਾਲ ਚੀਰ ਸਕਦਾ, ਪਰ ਧਰਮ ਹੈ ਨਾ ਜਿਹੜਾ, ਉਹ ਆਰੇ ਨਾਲ ਨਹੀਂ ਚੀਰਿਆ ਜਾ ਸਕੀਦਾ, ਮੇਰਾ ਸਰੀਰ ਹੀ ਚੀਰਿਆ ਜਾ ਸਕੀਦਾ। ਜਦੋਂ ਭਾਈ ਦਿਆਲਾ ਜੀ ਨੂੰ ਦੇਗ ਵਿੱਚ ਉਬਾਲ ਕੇ ਖਤਮ ਕੀਤਾ ਜਾਂਦਾ, ਇਹ ਗੱਲ ਉਹ ਦਰਦ ਸਾਡੇ ਸ਼ਹੀਦ ਦਰਦੱਸ ਕੇ ਗਏ ਸਾਨੂੰ, ਸਰੀਰ ਖਤਮ ਕੀਤਾ ਜਾ ਸਕਦਾ, ਪਰ ਜਿਹੜੀ ਗੁਰੂ ਕਾ ਬਚਨ, ਗੁਰੂ ਦੀ ਬਾਣੀ ਆਤਮਾ ਦੇ ਵਿੱਚ ਵਸੀ ਹੋਈ ਹੈ, ਨਾ ਉਹ ਆਤਮਾ ਖਤਮ ਹੁੰਦੀ ਹੈ, ਨਾ ਉਹਦੇ ਵਿੱਚ ਵਸਿਆ ਬਚਨ ਖਤਮ ਹੁੰਦਾ ਹੈ, ਸਰੀਰ ਹੀ ਹੈ ਨਾ। ਅੱਗ ਲਾ ਕੇ ਭਾਈ ਸਹਿਬਾਨ ਦੇ ਸਰੀਰ ਨੂੰ, ਭਾਈ ਸਤੀ ਦਾਸ ਦੇ ਸਰੀਰ ਨੂੰ ਅੱਗ ਲਾ ਕੇ ਇਹਦਾ ਰੂਹ ਨਾਲ ਸਾੜ ਦਿੱਤਾ ਗਿਆ ਨਾ, ਸਰੀਰ ਹੀ ਸੜਿਆ। ਜਿਹੜਾ ਅੰਦਰ ਧਰਮ ਵਸਿਆ ਸੀ, ਜਿਹੜਾ ਅੰਦਰ ਗੁਰੂ ਕਾ ਸ਼ਬਦ ਵਸਿਆ ਸੀ, ਜਿਹੜਾ ਅੰਦਰ ਸਿਦਕ ਭਰੋਸਾ ਸੀ, ਉਹ ਥੋੜ੍ਹਾ ਖਤਮ ਹੋਇਆ, ਉਹ ਸੜਿਆ ਹੀ ਨਹੀਂ ਹੈ। ਕਿਉਂ? ਕਿਉਂਕਿ ਉਹ ਸਦੀਵੀ ਹੈ, ਜਲ ਨਹੀਂ ਡੂਬੈ, ਤਸਕਰ ਨਹੀਂ ਲੇਵੈ, ਭਾਂ ਨਾ ਸਾਕੈ ਜਾਲੇ। ਇਸ ਕਰਕੇ ਗੁਰਮੁਖੋ, ਗੁਰੂ ਕੇ ਸਿੱਖਾਂ ਨੇ ਇਹ ਸਿੱਧ ਕੀਤਾ ਦੁਨੀਆ ਦੇ ਉੱਤੇ, ਪ੍ਰਤੱਖ ਦਿਖਾਇਆ, ਤੁਸੀਂ ਸਾਡੇ ਸਰੀਰ ਨੂੰ ਖਤਮ ਕਰ ਸਕਦੇ ਹੋ, ਪਰ ਜਿਹੜਾ ਗੁਰੂ ਕਾ ਸ਼ਬਦ ਸਾਡੀ ਆਤਮਾ ਦੇ ਵਿੱਚ ਵਸਿਆ ਹੋਇਆ, ਸਿੱਖ ਦੀ ਆਤਮਾ ਵਿੱਚੋਂ ਗੁਰੂ ਕਾ ਸ਼ਬਦ ਨਹੀਂ ਪਾਸੇ ਕੀਤਾ ਜਾ ਸਕਦਾ। ਇਹ ਸਦਾ ਹੁੰਦਾ ਸੀ। ਇਸ ਕਰਕੇ ਤਸੀਹੇ ਦੇ ਕੇ ਮਾਰਨਾ, ਇਹ ਕੇਵਲ ਦੁਸ਼ਮਣ ਦਾ ਅਖੀਰਲਾ ਹਥਿਆਰ ਹੁੰਦਾ ਸੀ, ਵੀ ਬੇਇੱਜ਼ਤੀ ਹੋਏਗੀ, ਛੱਡ ਦੇਵਾਂਗੇ ਤਾਂ ਮਾਰ ਦਿਓ। ਮੈਂ ਪਹਿਲਾਂ ਵੀ ਇੱਕ ਦਿਨ ਬੇਨਤੀ ਕੀਤੀ, ਵਜ਼ੀਰ ਖਾਂ ਗੁਰੂ ਸਾਹਿਬਾਨਾਂ ਦੇ ਪੁੱਤਰਾਂ ਨੂੰ ਮਾਰਨਾ ਨਹੀਂ ਸੀ ਚਾਹੁੰਦਾ, ਮਾਰਨ ਵਿੱਚ ਉਹਦਾ ਕੀ ਫਾਇਦਾ, ਕਲੰਕ ਲੱਗਿਆ ਉਹਦੇ ਉੱਤੇ। ਵਜ਼ੀਰ ਖਾਨ ਦੀ ਜਿੱਤ ਕੀ ਸੀ?
ਗੁਰੂ ਗੋਬਿੰਦ ਸਿੰਘ ਦੇ ਪੁੱਤਰ ਇਹ ਗੱਲ ਕਹਿ ਦੇਣ ਵੀ ਅਸੀਂ ਅੱਡ ਤੋਂ ਬਾਅਦ ਇਸਲਾਮ ਕਬੂਲ ਕਰਦੇ ਹਾਂ, ਇਹ ਜਿੱਤ ਹੈ। ਅਸੀਂ ਗੁਰੂ ਗੋਬਿੰਦ ਸਿੰਘ ਦੀ ਸਿੱਖੀ ਨੂੰ ਛੱਡ ਰਹੇ ਹਾਂ, ਇਹ ਵਜ਼ੀਰ ਖਾਨ ਦੀ ਜਿੱਤ ਹੈ। ਅਸੀਂ ਅੱਡ ਤੋਂ ਬਾਅਦ ਵਾਹਿਗੁਰੂ ਨਹੀਂ ਕਹਾਂਗੇ, ਅੱਲਾ ਅੱਲਾ ਉਚਾਰਾਂਗੇ, ਇਹ ਔਰੰਗ ਵਜ਼ੀਰ ਖਾਨ ਦੀ ਜਿੱਤ ਹੈ। ਪਰ ਗੁਰੂ ਕੇ ਪੁੱਤਰਾਂ ਨੇ ਕਿਹਾ ਸਰੀਰ ਤਿਆਗਾਂਗੇ ਪਰ ਇਹਨੂੰ ਜਿੱਤਣ ਨਹੀਂ ਦੇਣਾ। ਅਸੀਂ ਸਰੀਰ ਨੂੰ ਨਾਸ਼ ਕਰਵਾ ਕੇ ਵੀ ਸ਼ਹੀਦ ਹੋ ਜਾਵਾਂਗੇ ਪਰ ਵਜ਼ੀਰ ਖਾਂ ਤੈਨੂੰ ਜਿੱਤਣ ਨਹੀਂ ਅਸੀਂ ਦੇਣਾ। ਬਸ ਇਹੀ ਹੈ ਗੁਰਮੁਖ। ਇਸ ਕਰਕੇ ਗੁਰੂ ਪਾਤਸ਼ਾਹ ਨੇ ਸਾਨੂੰ ਸਰੀਰ ਨਾਲ ਨਹੀਂ ਜੋੜਿਆ, ਸਰੀਰ ਨਾਸ਼ ਕਰਕੇ ਦੁਸ਼ਮਣ ਨੂੰ ਇਹ ਭੁਲੇਖਾ ਪੈ ਜਾਂਦਾ ਸੀ ਅਸੀਂ ਗੁਰੂ ਖਤਮ ਕਰ ਦਿੱਤਾ। ਹੋਇਆ ਇਹ, ਆ ਗੁਰੂ ਅਰਜਨ ਸਾਹਿਬ ਦੀ ਸ਼ਹੀਦੀ ਅਸੀਂ ਮਨਾ ਰਹੇ ਹਾਂ, ਦਿਨ ਚੱਲ ਰਹੇ ਆ। ਜਹਾਂਗੀਰ ਇਹੀ ਸੋਚਦਾ ਨਾ, ਗੁਰੂ ਅਰਜਨ ਸਾਹਿਬ ਨੂੰ ਸਰੀਰਕ ਤੌਰ 'ਤੇ ਖਤਮ ਕਰ ਦਿਆਂਗਾ ਪਰ ਕੀ ਸਰੀਰ ਨੂੰ ਸ਼ਹੀਦ ਕਰਨ ਤੋਂ ਬਾਅਦ ਗੁਰੂ ਅਰਜਨ ਸਾਹਿਬ ਪਾਤਸ਼ਾਹ ਖਤਮ ਹੋ ਗਏ? ਨਹੀਂ ਨਾ। ਅਰਜਨ ਕਾਇਆ ਪਲਟਕੈ ਮੂਰਤ ਹਰਗੋਬਿੰਦ ਸਵਾਰੀ। ਗੁਰੂ ਅਰਜਨ ਸਾਹਿਬ ਤਾਂ ਗੁਰੂ ਹਰਗੋਬਿੰਦ ਸਾਹਿਬ ਦੇ ਅੰਦਰ ਬੈਠ ਗਏ। ਇਹੀ ਹੋਇਆ ਨਾ, ਸਰੀਰ ਖਤਮ ਕਰ ਦਿੱਤਾ ਔਰ ਸਰੀਰ ਵਿੱਚੋਂ ਨਿਕਲ ਕੇ ਗੁਰੂ ਅਰਜਨ ਸਾਹਿਬ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਦੇ ਅੰਦਰ ਬੈਠ ਗਏ। ਭਾਵ ਗੁਰੂ ਸ਼ਬਦ ਹੈ, ਸਰੀਰ ਖਤਮ ਕੀਤਾ ਜਾ ਸਕਦਾ, ਗੁਰੂ ਦੇ ਉਪਦੇਸ਼ ਨੂੰ, ਗੁਰੂ ਦੀ ਸਿੱਖਿਆ ਨੂੰ, ਗੁਰੂ ਦੇ ਬਚਨਾਂ ਨੂੰ ਖਤਮ ਨਹੀਂ ਕੀਤਾ ਜਾ ਸਕਦਾ, ਕਿਉਂਕਿ ਗੁਰੂ ਰੂਪੀ ਸਾਧੂ ਦਾ ਉਪਦੇਸ਼ ਸੱਤ ਹੈ। ਸੱਤ ਬਚਨ ਸਾਧੂ ਉਪਦੇਸ਼, ਸੱਤ ਤੇ ਜਨ, ਉਹ ਜਨ ਵੀ ਸਦੀਵੀ ਨੇ, ਸੱਤ ਨੇ। ਸੱਤ ਤੇ ਜਨ ਰੁਕਣਾ, ਜਨ ਦੇ ਉੱਤੇ ਰੁਕਣਾ, ਸੱਤ ਤੇ ਜਨ, ਉਹ ਜਨ ਵੀ ਸੱਤ ਨੇ, ਨਾਸ਼ ਹੋਣ ਵਾਲੇ ਨਹੀਂ। ਜਾ ਕੇ ਹਿਰਦੈ ਪ੍ਰਵੇਸ਼, ਜਿਨ੍ਹਾਂ ਦੇ ਹਿਰਦੇ ਵਿੱਚ ਗੁਰੂ ਦਾ ਇਹ ਉਪਦੇਸ਼ ਪ੍ਰਵੇਸ਼ ਕਰ ਜਾਂਦਾ ਹੈ, ਉਹ ਜਨ ਵੀ ਸੱਤ ਹੋ ਜਾਂਦੇ ਨੇ, ਉਹ ਜਨ ਵੀ ਮੁਕੰਮਲ ਹੋ ਜਾਂਦੇ ਨੇ, ਉਹ ਮਨੁੱਖ ਵੀ ਸਦੀਵੀ ਹੋ ਜਾਂਦੇ ਨੇ, ਜਿਨ੍ਹਾਂ ਦੇ ਹਿਰਦੇ ਵਿੱਚ ਗੁਰੂ ਕਾ ਉਪਦੇਸ਼ ਪ੍ਰਵੇਸ਼ ਕਰ ਜਾਂਦਾ। ਸੱਤ ਤੇ ਜਨ, ਜਾ ਕੇ ਹਿਰਦੈ ਪ੍ਰਵੇਸ਼, ਜਿਨ੍ਹਾਂ ਦੇ ਹਿਰਦਿਆਂ ਵਿੱਚ ਇਹ ਬਾਣੀ ਪ੍ਰਵੇਸ਼ ਕਰ ਗਈ ਉਹ ਵੀ ਸੱਤ ਹੋ ਗਏ। ਸੱਤ ਨਿਰਤ ਬੂਝੈ ਜੇ ਕੋਈ, ਜਿਹੜਾ ਗੁਰਮੁਖੋ ਨਿਰਤ ਸ਼ਬਦ ਹੈ ਨਾ, ਇੱਥੇ ਨਿਰਤ ਦਾ ਜਿਹੜਾ ਅੱਖਰੀ ਅਰਥ ਵਿਦਵਾਨਾਂ ਨੇ ਕੀਤਾ ਉਹ ਕੀਤਾ ਨਾ ਨਾਸ਼ ਹੋਣ ਵਾਲਾ। ਅੱਜ ਮੈਂ ਸਵੇਰੇ ਪੜ੍ਹ ਰਿਹਾ ਸੀ ਪੰਜਾਬੀ ਕੁਛ, ਉਹਦੇ 'ਚ ਨਿਰਤ ਦੇ ਅਰਥ ਕੀਤੇ ਨੇ ਨਾ, ਇਹ ਕਹਿੰਦੇ ਸੰਸਕ੍ਰਿਤ ਭਾਸ਼ਾ ਵਿੱਚੋਂ ਆਇਆ ਅਨਿਤਲਿਆ। ਨਿਰਤ ਦਾ ਅਰਥ ਹੁੰਦਾ ਨਾ ਨਾਸ਼ ਹੋਣ ਵਾਲਾ, ਪਰ ਪ੍ਰੋਫੈਸਰ ਸਾਹਿਬ ਸਿੰਘ ਹੋਰਾਂ ਨੇ ਨਿਰਤ ਦਾ ਅਰਥ ਪਿਆਰ ਕੀਤਾ ਹੈ। ਸੱਤ ਨਿਰਤ ਬੂਝੈ ਜੇ ਕੋਈ, ਜੇ ਉਹ ਆਪ ਸੱਤ ਹੈ ਉਹਦਾ ਪਿਆਰ ਵੀ ਸਦੀਵੀ ਹੈ। ਬੂਝੈ ਜੇ ਕੋਈ, ਜੇ ਕੋਈ ਇਸ ਗੱਲ ਨੂੰ ਬੁੱਝ ਲਵੇ
ਉਹ ਪਰਮਾਤਮਾ ਆਪ ਵੀ ਸਦੀਵੀ ਹੈ, ਉਹਦਾ ਦਿੱਤਾ ਹੋਇਆ ਪਿਆਰ ਵੀ ਸਦੀਵੀ ਹੈ, ਉਹ ਕਦੇ ਖਤਮ ਨਹੀਂ ਹੁੰਦਾ। ਨਾਮ ਜਪਤ ਤਾਂ ਕੀ ਗਤ ਪਾਹੇ, ਭਾਈ ਨਾਮ ਨੂੰ ਜਪ ਕੇ ਗੁਰੂ ਵੱਲੋਂ ਬਖਸ਼ੇ ਹੋਏ ਨਾਮ ਨੂੰ ਜਪ ਕੇ ਗਤ ਤਾਂ ਕੀ ਗਤ ਹੋਏ, ਉਹਨਾਂ ਦੀ ਗਤ ਹੋ ਜਾਂਦੀ ਹੈ, ਉਧਾਰ ਹੋ ਜਾਂਦਾ ਹੈ। ਨਾਮ ਜਪਣ ਵਾਲੇ ਗਤ ਪ੍ਰਾਪਤ ਕਰ ਲੈਂਦੇ ਨੇ, ਭਾਵ ਜਨਮ ਅਤੇ ਮਰਨ ਤੋਂ ਮੁਕਤ ਹੋ ਜਾਂਦੇ ਨੇ, ਵਿਕਾਰਾਂ ਤੋਂ ਆਜ਼ਾਦ ਹੋ ਜਾਂਦੇ ਹਨ। ਆਪ ਸੱਤ ਕੀਆ ਸਭ ਸੱਤ, ਉਹ ਪਰਮਾਤਮਾ ਆਪ ਸਦਾ ਰਹਿਣ ਵਾਲਾ ਹੈ। ਕੀਆ ਸਭ ਸੱਤ, ਇੱਥੇ ਸੱਤ ਦਾ ਅਰਥ ਬਣੇਗਾ ਪੂਰਨ, ਮੁਕੰਮਲ, ਕੰਪਲੀਟ। ਉਹ ਪਰਮੇਸ਼ਰ ਆਪ ਸਦੀਵੀ ਹੈ, ਉਹਦੀ ਪੈਦਾ ਕੀਤੀ ਹੋਈ ਕੋਈ ਚੀਜ਼ ਅਧੂਰੀ ਨਹੀਂ ਹੈ, ਉਹ ਵੀ ਸੱਤ ਹੈ, ਮੁਕੰਮਲ ਹੈ ਪੂਰੀ। ਜਿਵੇਂ ਉਦਾਹਰਣ ਵਜੋਂ ਆਪਾਂ ਲੈ ਲਓ, ਗੁਰਮੁਖੋ ਸਾਡਾ ਸਰੀਰ ਪਰਮੇਸ਼ਰ ਨੇ ਬਣਾਇਆ ਵਾਹਿਗੁਰੂ ਨੇ, ਤੁਸੀਂ ਦੇਖੋ ਨਾ ਕਿੱਦਾਂ ਕਿੱਦਾਂ ਬਣਾਇਆ ਵਾਹਿਗੁਰੂ ਨੇ, ਹਰ ਇੱਕ ਚੀਜ਼ ਆਪਣੇ ਥਾਂ ਟਿਕਾਣੇ ਲਾਈ ਹੈ ਨਾ। ਅੱਖਾਂ ਕਿੱਥੇ ਲਾਉਣੀਆਂ ਨੇ, ਕੰਨ ਕਿੱਥੇ ਲਾਉਣੇ ਨੇ, ਨਾਸਕਾ ਕਿੱਥੇ ਲਾਉਣੀ ਹੈ, ਦਿਮਾਗ ਕਿੱਥੇ ਰੱਖਣਾ ਹੈ, ਸਰੀਰ ਦੇ ਕਿਸ ਭਾਗ ਦੇ ਵਿੱਚ ਦਿਮਾਗ ਰੱਖਣਾ ਹੈ, ਬੁੱਧੀ ਰੱਖਣੀ ਹੈ, ਹਰ ਇੱਕ ਚੀਜ਼ ਪਰਮੇਸ਼ਰ ਨੇ ਕਿੱਦਾਂ ਬਣਾਈ ਹੈ ਨਾ। ਤੁਸੀਂ ਸੋਚ ਕੇ ਦੇਖੋ, ਸਾਡੇ ਕੰਨ ਕਿਤੇ ਹੋਰ ਹੁੰਦੇ, ਮੂੰਹ ਕਿਤੇ ਹੋਰ ਹੁੰਦਾ, ਨਾਸਾਂ ਕਿਤੇ ਹੋਰ ਹੁੰਦੀਆਂ, ਕੀ ਹਾਲ ਬਣਦਾ ਸਾਡਾ। ਵਾਹਿਗੁਰੂ ਨੇ ਇਹ ਮੁਕੰਮਲ ਬਣਾਇਆ ਨਾ, ਇਹ ਪੂਰਨ ਬਣਾਇਆ ਨਾ, ਇਸ ਤੋਂ ਸੋਹਣਾ ਕੋਈ ਬਣਾ ਹੀ ਨਹੀਂ ਸੀ ਸਕਦਾ। ਜਿੱਦਾਂ ਦਾ ਮਨੁੱਖ ਨੂੰ ਵਾਹਿਗੁਰੂ ਪਰਮੇਸ਼ਰ ਨੇ ਬਣਾ ਦਿੱਤਾ, ਇਸ ਤੋਂ ਸੋਹਣਾ ਨਹੀਂ ਕੋਈ ਬਣਾ ਸਕਦਾ ਇਨਸਾਨ ਨੂੰ। ਠੀਕ ਹੈ, ਯਤਨ ਕਰਦਾ ਮਨੁੱਖ ਵੀ ਜਿੱਦਾਂ ਦਾ ਮੈਨੂੰ ਵਾਹਿਗੁਰੂ ਨੇ ਬਣਾਇਆ ਉਸ ਤੋਂ ਸੋਹਣਾ ਬਣ ਜਾਵਾਂ, ਭੱਜ ਨੱਸ ਵੀ ਕਰਦਾ, ਪਰ ਨਹੀਂ, ਉਹ ਤਾਂ ਕੇਵਲ ਉਹਦੇ ਅੰਦਰ ਦੀ ਕਾਮਨਾ ਅਧੀਨ ਹੋ ਕੇ ਕਰਦਾ ਨਾ ਸਭ ਕੁਛ, ਉਹਦੀ ਕਾਮਨਾ ਹੈ ਮੈਂ ਇੱਦਾਂ ਦਾ ਹੋਣਾ ਚਾਹੀਦਾ। ਉਹ ਅਮਰੀਕਾ ਦਾ ਇੱਕ ਬਹੁਤ ਵੱਡਾ ਗਾਇਕ ਹੋਇਆ ਮਾਈਕਲ ਜੈਕਸਨ, ਉਹ ਕਾਲੇ ਮਾਤਾ ਪਿਤਾ ਦੀ ਕੁੱਖ ਵਿੱਚੋਂ ਜੰਮਿਆ ਸੀ, ਉੱਥੇ ਇੱਦਾਂ ਦੀ ਹੈ ਅਮਰੀਕਾ 'ਚ ਨਸਲ ਮਨੁੱਖਾਂ ਦੀ, ਉਹ ਕਾਲੇ ਮਾਂ ਪਿਓ ਦੀ ਕੁੱਖ ਵਿੱਚੋਂ ਪੈਦਾ ਹੋਇਆ, ਰੰਗ ਸਾਂਵਲਾ ਸੀ ਉਹਦਾ। ਹੁਣ ਸਾਂਵਲਾ ਰੰਗ ਸੋਹਣਾ ਨਹੀਂ ਹੁੰਦਾ, ਗੋਰਾ ਰੰਗ ਸੋਹਣਾ ਹੁੰਦਾ, ਇਹ ਤਾਂ ਮਨੁੱਖ ਦੀ ਆਪਣੀ ਬਿਰਤੀ ਹੈ ਨਾ, ਇਹ ਤਾਂ ਆਪਣੀ ਬਿਰਤੀ ਬਣਾਈ ਹੈ ਮਨੁੱਖ ਨੇ, ਮਾਨਸਿਕਤਾ ਆਪਣੀ ਬਣਾਈ ਹੈ ਤਾਂ। ਔਰ ਇਹਦੇ 'ਚ ਨਾਲ ਬਲਦੀ ਉੱਤੇ ਅੱਗ ਸਾਡੀ ਧਰਮ ਗ੍ਰੰਥਾਂ ਨੇ ਵੀ ਭਰ ਦਿੱਤੀ, ਉਹਨਾਂ ਨੇ ਹਾਮੀ ਭਰ ਦਿੱਤੀ ਹੈ ਤਾਂ ਕੁਛ ਇੱਦਾਂ ਹੋਇਆ। ਉਹਨੇ ਇੰਨਾ ਅਮੀਰ ਸੀ, 15-16 ਗ੍ਰੈਮੀ ਅਵਾਰਡ ਵੀ ਜਿੱਤੇ, 13 ਡਾਕਟਰ ਆਪਣੇ ਕੋਲ ਸਦਾ ਰੱਖਦਾ ਸੀ, ਜਿਸ ਬੈੱਡ ਉੱਤੇ ਸੌਂਦਾ ਸੀ 3.5-4 ਲੱਖ ਦਾ ਉਹ ਬੈੱਡ ਸੀ, ਆਕਸੀਜਨ ਵਾਲਾ ਸੀ, 3 ਬੰਦੇ ਨਾਲ ਚੱਲਦੇ ਸਨ, ਖਰੀਦ ਕੇ ਚੱਲਦਾ ਸੀ ਨਾਲ, ਇਹ 3 ਬੰਦੇ ਉਹ ਨੇ, ਜੇ ਮੇਰੇ ਸਰੀਰ ਨੂੰ ਕੁਛ ਹੋ ਜਾਵੇ, ਮੇਰੇ ਸਰੀਰ ਦਾ ਕੋਈ ਅੰਗ ਨਿਕੰਮਾ ਹੋ ਜਾਵੇ, ਨਕਾਰਾ ਹੋ ਜਾਏ, ਇਹਨਾਂ 3 ਵਿੱਚੋਂ ਕੱਢ ਕੇ ਮੇਰੇ ਸਰੀਰ ਵਿੱਚ ਅੰਗ ਪਾ ਦਿਓ ਇਹਨਾਂ ਦੇ। 3 ਬੰਦੇ 24 ਘੰਟੇ ਨਾਲ ਖਰੀਦੇ ਹੋਏ ਚੱਲਦੇ ਸੀ,
ਵੀ ਖਰੀਦੇ ਹੋਏ ਨੇ ਕੁਛ, ਇਹਨਾਂ ਦੀ ਮੇਰੀ ਕਿਡਨੀ ਖਰਾਬ ਹੋ ਜੇ ਇਹਨਾਂ ਦੀ ਕੱਢ ਕੇ ਪਾ ਦਿਓ ਜੇ ਮੇਰੇ। ਇੱਦਾਂ ਤਿੰਨ ਬੰਦੇ ਖਰੀਦੇ ਹੋਏ ਸੀ, 12 ਡਾਕਟਰਾਂ ਦਾ ਸਟਾਫ ਸੀ ਉਹਦਾ ਇੱਦਾਂ, ਔਰ ਦਾਵਾ ਕਰਦਾ ਸੀ 150 ਸਾਲ ਤੋਂ ਪਹਿਲਾਂ ਮੈਂ ਮਰਨਾ ਨਹੀਂ ਹੈ, ਮੈਨੂੰ ਮੌਤ ਆਏਗੀ ਕਿਵੇਂ, ਸਭ ਕੁਛ ਤੇ ਨਾਲ ਲਈ ਫਿਰਦਾ। ਔਰ 13 ਸਰਜਰੀਆਂ ਕਰਵਾਈਆਂ, ਮੈਂ ਆਪਣਾ, ਮੈਂ ਰੰਗ ਆਪਣਾ ਚਿੱਟਾ ਕਰਨਾ, ਆਪਣੇ ਰੰਗ ਤੋਂ ਨਫ਼ਰਤ ਸੀ ਉਹਨੂੰ। ਔਰ ਜਿਹੜਾ ਦਾਵਾ ਕਰ, ਅਖੀਰ ਉੱਤੇ 13 ਸਰਜਰੀਆਂ ਤੋਂ ਬਾਅਦ ਆਪਣੇ ਸਰੀਰ ਦੇ ਉੱਪਰਲੇ ਭਾਗ ਨੂੰ ਤਾਂ, ਰੰਗ ਨੂੰ ਤਾਂ ਬਦਲ ਲਿਆ ਉਹਨੇ, ਪਰ 58 ਸਾਲ ਦੀ ਉਮਰ, ਡਾਕਟਰ ਕਹਿੰਦੇ ਇਹਨੂੰ ਦੁਨੀਆ ਦੀ ਕੋਈ ਵੀ ਤਾਕਤ ਬਚਾ ਨਹੀਂ ਸਕਦੀ, ਅਸੀਂ ਨਹੀਂ ਬਚਾ ਸਕਦੇ। 58 ਸਾਲ ਦੀ ਉਮਰ 'ਚ ਮਰ ਗਿਆ ਉਹਦੀ ਆਪਣੀ ਕਾਮਨਾ ਨੇ। ਡਾਕਟਰ ਕਹਿੰਦੇ ਇਹਦੀਆਂ ਸਰਜਰੀਆਂ ਹੀ ਇੰਨੀਆਂ ਹੋ ਗਈਆਂ ਨੇ, ਇਹਦੇ ਸਰੀਰ ਹੀ ਇੱਦਾਂ ਦਾ ਹੋ ਗਿਆ, ਇਹਨੂੰ ਬਚਾਇਆ ਨਹੀਂ ਜਾ ਸਕੀਦਾ। ਅਰਥ ਕੀ ਬਣਿਆ? ਅਸਲ ਦੇ ਵਿੱਚ ਉਹ ਜਿਵੇਂ ਜਿਵੇਂ ਆਪਣਾ ਜ਼ੋਰ ਲਾ ਰਿਹਾ ਸੀ ਨਾ, ਆਪਣੇ ਯਤਨ ਕਰ ਰਿਹਾ ਸੀ, ਉਹ ਜ਼ਿੰਦਗੀ ਵੱਲ ਨਹੀਂ, ਉਹ ਮੌਤ ਦੇ ਨਜ਼ਦੀਕ ਜਾ ਰਿਹਾ ਸੀ ਹੌਲੀ ਹੌਲੀ। ਉਹਦੇ ਆਪਣੇ ਯਤਨ ਉਹਨੂੰ ਮੌਤ ਵਾਲੇ ਪਾਸੇ ਲੈ ਗਏ। ਤਾਂ ਇੱਦਾਂ ਹੁੰਦਾ ਗੁਰਮੁਖੋ, ਕਿੰਨਾ ਚੰਗਾ ਹੈ ਮਨੁੱਖ ਇਸ ਗੱਲ ਨੂੰ ਪ੍ਰਵਾਨ ਕਰ ਲਵੇ, ਮੈਨੂੰ ਪਰਮਾਤਮਾ ਨੇ ਜਿੰਨਾ ਸੋਹਣਾ ਬਣਾਇਆ, ਇਸ ਤੋਂ ਵੱਧ ਮੈਂ ਸੋਹਣਾ ਨਹੀਂ ਹੋ ਸਕਦਾ, ਰੱਬ ਨੇ ਮੁਕੰਮਲ ਬਣਾਇਆ ਮੈਨੂੰ। ਤੁਸੀਂ ਦੇਖੋ ਨਾ, ਛੋਟਾ ਜਿਹਾ ਬੱਚਾ ਹੈ, ਉਹ ਸਭ ਨੂੰ ਪਿਆਰਾ ਲੱਗਦਾ, ਕਿਉਂ? ਉਹ ਜਿੱਦਾਂ ਦਾ ਰੱਬ ਨੇ ਬਣਾਇਆ ਉੱਦਾਂ ਦਾ ਹੀ ਹੁੰਦਾ, ਜਿਵੇਂ ਜਿਵੇਂ ਆਪਣਾ ਜ਼ੋਰ ਲਾਉਣ ਲੱਗ ਪੈਂਦਾ ਹੌਲੀ ਹੌਲੀ, ਉਵੇਂ ਉਵੇਂ ਉੱਦਾਂ ਦਾ ਹੁੰਦਾ ਜਾਂਦਾ। ਪਾਤਸ਼ਾਹ ਕਹਿੰਦੇ ਤੈਨੂੰ ਰੱਬ ਨੇ ਮੁਕੰਮਲ ਬਣਾਇਆ, ਆਪ ਸੱਤ ਕੀਆ ਸਭ ਸੱਤ, ਉਸਨੇ ਸਭ ਪੂਰਨ ਬਣਾਇਆ, ਮੁਕੰਮਲ ਬਣਾਇਆ ਹੈ। ਆਪੇ ਜਾਣੈ ਆਪਣੀ ਮਿਤ ਗਤ, ਮਿਤ ਗਤ ਦਾ ਅਰਥ ਵੈਸੇ ਇੱਥੇ ਮਾਪ ਗਿਣਤੀ ਤੋਂ ਹੁੰਦਾ, ਪਰ ਇੱਥੇ ਵਿਦਵਾਨਾਂ ਨੇ ਅਰਥ ਕੀਤੇ ਨੇ ਅਵਸਥਾ ਅਤੇ ਮਰਿਆਦਾ ਤੋਂ। ਉਹ ਆਪਣੀ ਅਵਸਥਾ ਨੂੰ, ਉਹ ਆਪਣੀ ਮਰਿਆਦਾ ਨੂੰ ਵਾਹਿਗੁਰੂ ਪਰਮੇਸ਼ਰ ਆਪ ਹੀ ਜਾਣਦਾ ਹੈ। ਜਿਸ ਕੀ ਸ੍ਰਿਸ਼ਟ ਸੋ ਕਰਨੈ ਹਾਰ, ਜਿਸ ਪਰਮਾਤਮਾ ਦੀ ਇਹ ਸ੍ਰਿਸ਼ਟੀ ਹੈ, ਇਹਦੀ ਸੰਭਾਲ ਕਰਨ ਵਾਲਾ ਵੀ ਉਹ ਆਪ ਹੀ ਹੈ। ਜਿਸ ਕੀ ਸ੍ਰਿਸ਼ਟ, ਜਿਸ ਦੀ ਇਹ ਸ੍ਰਿਸ਼ਟੀ ਹੈ, ਸੋ ਕਰਨੈ ਹਾਰ, ਇਹਦੀ ਸੰਭਾਲ ਕਰਨ ਵਾਲਾ ਵੀ ਉਹ ਆਪ ਹੀ ਹੈ। ਅਵਰ ਨਾ ਬੂਝ ਕਰਤ ਵਿਚਾਰ, ਹੇ ਭਾਈ ਕਰਤ ਵਿਚਾਰ, ਹੋਰ ਵਿਚਾਰ ਨਾ ਕਰ। ਅਵਰ ਨਾ ਬੂਝ, ਕਿਸੇ ਹੋਰ ਨੂੰ ਨਾ ਜਾਣ। ਬੂਝ ਦਾ ਕੀ ਅਰਥ ਹੈ? ਜਾਣ। ਇਹ ਸ੍ਰਿਸ਼ਟੀ ਨੂੰ ਪੈਦਾ ਕਰਨ ਵਾਲਾ ਕੋਈ ਹੋਰ ਹੈ, ਇਹਦੀ ਸੰਭਾਲ ਕਰਨ ਵਾਲਾ ਕੋਈ ਹੋਰ ਹੋਵੇਗਾ, ਇਸ ਗੱਲ ਨੂੰ ਨਾ ਪਛਾਣ। ਨਹੀਂ, ਉਹ ਆਪ ਹੀ ਕਰਨ ਵਾਲਾ ਹੈ, ਆਪ ਹੀ ਸੰਭਾਲਣ ਵਾਲਾ ਹੈ। ਅਵਰ ਨਾ ਬੂਝ, ਕਿਸੇ ਹੋਰ ਨੂੰ ਨਾ ਜਾਣ ਇਹ ਗੱਲ ਵੀ ਕੋਈ ਹੋਰ ਕਰਨ ਵਾਲਾ ਹੈ। ਕਰਤੇ ਕੀ ਮਿਤ ਨਾ ਜਾਣੈ ਕੀਆ, ਨਾ ਜਾਣੈ ਕੀਆ, ਕੀਆ ਦਾ ਅਰਥ ਹੈ ਪੈਦਾ ਕੀਤਾ ਹੋਇਆ। ਕੀਆ ਦਾ ਕੀ ਅਰਥ ਹੈ? ਪੈਦਾ ਕੀਤਾ ਹੋਇਆ ਇਨਸਾਨ, ਪੈਦਾ ਕੀਤਾ ਹੋਇਆ ਜੀਵ। ਕੀਆ, ਨਾ ਜਾਣੈ ਕੀਆ, ਵਾਹਿਗੁਰੂ ਦਾ ਪੈਦਾ ਕੀਤਾ ਹੋਇਆ ਨਹੀਂ ਜਾਣਦਾ। ਕਰਤੇ ਕੀ ਮਿਤ, ਉਸ ਵਾਹਿਗੁਰੂ ਪਰਮੇਸ਼ਰ ਦੀ ਗਿਣਤੀ ਮਿਣਤੀ ਨੂੰ, ਉਸ ਵਾਹਿਗੁਰੂ ਪਰਮੇਸ਼ਰ ਦੀ ਬੇਅੰਤਤਾ ਨੂੰ ਨਾ ਜਾਣੈ
ਕੀ ਆ, ਉਹਦਾ ਪੈਦਾ ਕੀਤਾ ਹੋਇਆ ਇਨਸਾਨ ਨਹੀਂ ਜਾਣ ਸਕਦਾ, ਅਸੀਂ ਨਹੀਂ ਜਾਣ ਸਕਦੇ ਗੁਰਮੁਖੋ। ਨਾਨਕ ਜੋ ਤਿਸ ਪਾਵੈ ਸੋ ਵਰਤੀਆ। ਹੇ ਨਾਨਕ, ਜੋ ਉਸ ਵਾਹਿਗੁਰੂ ਨੂੰ ਚੰਗਾ ਲੱਗਦਾ ਅਸਲ ਵਿੱਚ ਵਰਤਾਰਾ ਤਾਂ ਉਹੀ ਹੋਣਾ ਨਾ, ਹੋਣਾ ਤਾਂ ਉਹੀ ਹੈ ਜੋ ਉਸ ਵਾਹਿਗੁਰੂ ਪਰਮੇਸ਼ਰ ਨੂੰ ਪਾਉਂਦਾ। ਗੁਰਮੁਖੋ, ਆ 10 ਕੁ ਦਿਨ ਪਹਿਲਾਂ ਨਾ ਮੈਨੂੰ ਗੱਲ ਚੇਤੇ ਆ ਗਈ ਇਸ ਗੱਲ ਤੋਂ। ਇੱਕ ਸੱਜਣ ਗੁਰਮੁਖ ਮੇਰੇ ਕੋਲ ਆਇਆ, ਇੱਥੇ ਦੁਪਹਿਰ ਦਾ ਸਮਾਂ ਸੀ, ਕਹਿੰਦਾ ਗਿਆਨੀ ਜੀ ਮੈਂ ਬਹੁਤ ਟੈਨਸ਼ਨ ਵਿੱਚ ਹਾਂ। ਇੱਦਾਂ ਮੈਂ ਕਿਹਾ ਵੀ ਦੱਸੋ ਕੀ ਗੱਲ ਹੋ ਗਈ। ਕਹਿਣ ਲੱਗਾ ਜੀ ਮੇਰਾ ਪੁੱਤਰ ਹੈ 40 ਸਾਲ ਦਾ, ਮੇਰੀ ਗੱਲ ਨਹੀਂ ਮੰਨਦਾ। ਅਕਸਰ ਇਹ ਹੁੰਦੀ ਹੈ ਸਮੱਸਿਆ, ਕਈ ਵਾਰ ਮੇਰੀ ਗੱਲ ਨਹੀਂ ਮੰਨਦਾ ਜੀ। ਮੈਂ ਪੁੱਛਿਆ ਵੀ ਕੰਮ ਕਰਦਾ, ਕੰਮ ਕਰਦਾ? ਕਹਿੰਦਾ ਜੀ ਹਾਂ, ਕੰਮ ਤਾਂ ਬਹੁਤ ਵਧੀਆ ਕਰਦਾ। ਪੈਸਾ ਧੇਲਾ ਕਮਾਉਂਦਾ? ਹਾਂਜੀ, ਪੈਸਾ ਧੇਲਾ ਵੀ ਕਮਾਉਂਦਾ। ਨਸ਼ਾ ਤਾਂ ਨਹੀਂ ਕਰਦਾ? ਨਹੀਂ, ਨਸ਼ਾ ਕੋਈ ਨਹੀਂ ਕਰਦਾ। ਠੀਕ ਹੈ। ਮੈਂ ਕਿਹਾ ਵੀ ਗੁਰਦੁਆਰਾ ਸਾਹਿਬ ਆਉਂਦਾ? ਕਹਿੰਦਾ ਹਾਂ, ਮੱਥਾ ਟੇਕਦਾ ਰੋਜ਼ਾਨਾ। ਮੈਂ ਕਿਹਾ ਵੀ ਫਿਰ ਦੱਸੋ ਹੋਰ ਕੀ ਮਨਵਾਉਣਾ ਬੱਚੇ ਨੂੰ, ਫਿਰ ਕੀ ਸਮੱਸਿਆ? ਨਹੀਂ ਜੀ, ਬਸ ਜੋ ਮੈਂ ਕਹਿੰਦਾ ਉਹ ਨਹੀਂ ਮੰਨਦਾ। ਮੈਂ ਕਿਹਾ ਫਿਰ ਸਮਝਣ ਦੀ ਲੋੜ ਤੁਹਾਨੂੰ ਹੈ, ਤੁਹਾਡੇ ਬੱਚੇ ਨੂੰ ਨਹੀਂ ਹੈ। ਸਮਝਣ ਦੀ ਲੋੜ ਫਿਰ ਤੁਹਾਨੂੰ ਹੈ, ਤੁਹਾਡੇ ਬੱਚੇ ਨੂੰ ਨਹੀਂ ਹੈ। ਨਸ਼ਾ ਕਰਦਾ ਨਹੀਂ ਹੈ, ਕਮਾਈ ਵੀ ਕਰਦਾ, ਪੈਸੇ ਵੀ ਘਰ 'ਚ ਲੈ ਕੇ ਆਉਂਦਾ, ਗੁਰਦੁਆਰਾ ਸਾਹਿਬ ਵੀ ਜਾਂਦਾ, ਤਾਂ ਫਿਰ ਹੋਰ ਅਸੀਂ ਕੀ ਚਾਹੁੰਦੇ ਹਾਂ? ਸਿਰਫ ਇੱਕੋ ਹੀ ਸਮੱਸਿਆ ਨਾ, ਵੀ ਜੋ ਮੈਂ ਕਹਿ ਰਿਹਾ ਉਹ ਨਹੀਂ ਮੰਨਦਾ। ਇਹ ਸਮੱਸਿਆ 'ਤੇ ਮੈਂ ਕਿਹਾ, ਮਹਿਤਾ ਕਲਿਆਣ ਦਾਸ ਨੂੰ ਵੀ ਸੀ, ਗੁਰੂ ਨਾਨਕ ਸਾਹਿਬ ਦੇ ਪਿਤਾ ਨੂੰ ਵੀ ਸੀ ਨਾ ਇਹ ਸਮੱਸਿਆ, ਤਾਂ ਵੀ ਮੇਰੀ ਨਹੀਂ ਮੰਨਦਾ। ਇਹ ਤਾਂ ਕਈ ਵਾਰ ਕੀ ਹੁੰਦਾ, ਕਈ ਵਾਰ ਗੁਰਮੁਖੋ ਸਾਨੂੰ ਆਪਣੀ ਪਕੜ ਢਿੱਲੀ ਕਰਨ ਦੀ ਜ਼ਰੂਰਤ ਹੁੰਦੀ ਹੈ। ਅਸੀਂ ਆਪਣੀ ਪਕੜ ਢਿੱਲੀ ਨਹੀਂ ਕਰਦੇ ਕਈ ਵਾਰ। ਜ਼ਰੂਰੀ ਥੋੜ੍ਹਾ ਵੀ ਜੇ ਉਮਰ 60 ਸਾਲ ਦੀ ਹੈ ਤਾਂ 20 ਸਾਲ ਵਾਲਾ ਗੱਲ ਸਿਆਣੀ ਨਹੀਂ ਕਰੇਗਾ, ਤਾਂ ਜ਼ਰੂਰੀ ਨਹੀਂ ਹੈ। ਇੱਥੇ 60 ਸਾਲ ਦਾ ਹਰਨਾਕਸ਼ ਮੈਂ ਜਲ ਹਰਨਾਕਸ਼ ਥਲ ਹਰਨਾਕਸ਼ ਕਹਿੰਦਾ, ਅਤੇ 10-12 ਸਾਲ ਦਾ ਪੁੱਤਰ ਹੈ ਉਹ ਕਹਿੰਦਾ ਨਹੀਂ, ਜਲੇ ਹਰੇ ਥਲੇ ਹਰੀ, ਸਭ ਥਾਂ ਉੱਤੇ ਪਰਮਾਤਮਾ ਹੀ ਹੈ। ਉਮਰ ਦੇ ਹਿਸਾਬ ਨਾਲ ਤਾਂ ਹਰਨਾਕਸ਼ ਦੀ ਗੱਲ ਮੰਨਣੀ ਚਾਹੀਦੀ ਹੈ ਨਾ, ਪਰ ਅਸੀਂ ਤਾਂ ਪ੍ਰਹਿਲਾਦ ਨੂੰ ਮਹਾਨ ਮੰਨਦੇ ਹਾਂ। ਕਿਉਂ? ਕਿਉਂਕਿ ਅਕਲ ਦੇ ਪੱਖੋਂ ਸਿਆਣਪ ਪ੍ਰਹਿਲਾਦ ਦੇ ਕੋਲ ਹੈ। ਕੁਛ ਚੀਜ਼ਾਂ ਵਿੱਚ ਬੰਦਾ ਆਪਣੀ ਪਕੜ ਢਿੱਲੀ ਨਹੀਂ ਛੱਡਦਾ, ਉਹ ਕਹਿੰਦਾ ਜੋ ਮੈਂ ਕਹਿ ਰਿਹਾ ਉਹ ਹੋਣਾ ਚਾਹੀਦਾ। ਨਹੀਂ ਭਾਈ, ਤਿਆਗੇ ਮਨ ਕੀ, ਗੁਰੂ ਬਾਬਾ ਹੀ ਕਹਿੰਦਾ ਤਿਆਗੇ ਮਨ ਕੀ ਮਤੜੀ, ਛੱਡ ਦੇਣਾ ਆਪਣੇ ਮਤ ਦੀ ਗੱਲ। ਇਸ ਕਰਕੇ ਅਤੇ ਇਹ ਹੁੰਦਾ ਗੁਰਮੁਖੋ, ਅਖੀਰ ਉੱਤੇ ਨਾ ਇੱਕ ਸਮਾਂ ਐਸਾ ਆਉਂਦਾ, ਆ ਮੈਂ ਕੱਲ੍ਹ ਪਰਸੋਂ ਕਿਤਾਬ ਚੇਤਨ ਮਨ ਕੀ ਸ਼ਕਤੀ ਪੜ੍ਹ ਰਿਹਾ ਸਾਂ ਮੈਂ ਪਰਸੋਂ ਹੀ, ਉਹਦੇ 'ਚ ਨਾ ਅਖੀਰ ਦੇ ਉੱਤੇ ਜਾ ਕੇ ਇੱਕ ਚੈਪਟਰ ਆਉਂਦਾ ਬਜ਼ੁਰਗੀ ਦੇ ਬਾਰੇ। ਉੱਥੇ ਜੋਸਫ ਮਰਫੀ ਹੈ, ਉਹ ਬਾਹਰ ਦਾ ਰਾਈਟਰ ਹੈ,
ਉਹ ਕਹਿੰਦਾ ਜੇ ਸੱਚ ਸਮਝ ਲਈਏ ਨਾ, ਜਿਹੜੀ ਉਮਰ 60 ਸਾਲ ਤੋਂ ਬਾਅਦ ਦੀ ਹੈ ਨਾ, ਸਭ ਤੋਂ ਸੋਹਣੀ ਹੈ। ਕਰੀਏ ਸਮਾਪਤੀ ਇੱਕ ਮਿੰਟ 'ਚ ਬਸ। ਉਹ ਕਹਿੰਦਾ ਬਜ਼ੁਰਗੀ ਦੀ ਉਮਰ ਸਭ ਤੋਂ ਸੋਹਣੀ ਉਮਰ ਹੈ। ਪੁੱਛਿਆ ਜੀ ਕਿਵੇਂ? ਉਹ ਕਹਿੰਦਾ ਸਭ ਤੋਂ ਪਹਿਲਾਂ ਤਾਂ ਮਨੁੱਖ ਦੇ ਅੰਦਰ ਅਨਪੜ੍ਹ ਅਤੇ ਪੜ੍ਹੇ ਦੀ ਗੱਲ ਹੈ ਉਹ ਵਿਸਰ ਜਾਂਦੀ ਹੈ, ਵੀ ਪੜ੍ਹਿਆ ਲਿਖਿਆ ਮਹਾਨ ਹੁੰਦਾ ਅਤੇ ਅਨਪੜ੍ਹ ਕਮਲਾ ਹੁੰਦਾ। ਇਹ ਸਮਝ ਲੱਗ ਜਾਂਦੀ ਹੈ ਵੀ ਨਹੀਂ, ਗੱਲ ਪੜ੍ਹੇ ਲਿਖੇ ਜਾਂ ਅਨਪੜ੍ਹ ਦੀ ਨਹੀਂ ਹੈ, ਗੱਲ ਅੰਦਰ ਤੋਂ ਸਿਆਣੇ ਹੋਣ ਦੀ ਹੈ। ਇਹ ਗੱਲ ਸਮਝ ਪੈ ਜਾਂਦੀ ਹੈ। ਸਾਡੇ ਸਰੀਰ ਦੇ ਇੰਦਰੇ ਸਹਿਜ ਹੋ ਜਾਂਦੇ ਹੈ, ਸਭ ਤੋਂ ਜਿਹੜਾ ਵੱਧ ਫਾਇਦਾ ਹੁੰਦਾ, ਜਿਹੜੇ ਸਾਡੇ ਸਰੀਰਕ ਇੰਦਰੇ ਹੈ ਨਾ, ਉਹ ਸਹਿਜ ਹੋ ਜਾਂਦੇ ਹੈ, ਆਪਣੇ ਆਪ ਠਹਿਰਾਵ ਦੇ ਵਿੱਚ ਆ ਜਾਂਦੇ ਹੈ। ਔਰ ਜਿਹੜੋ ਸਰੀਰਕ ਇੰਦਰੇ ਠਹਿਰਾਵ ਦੇ ਵਿੱਚ ਆ ਜਾਣ, ਸਹਿਜ ਵਿੱਚ ਆ ਜਾਣ, ਅੱਧਾ ਸੁੱਖ ਤਾਂ ਬੰਦੇ ਨੂੰ ਵੈਸੇ ਮਿਲ ਜਾਂਦਾ। ਇਸ ਕਰਕੇ ਜ਼ਰੂਰਤ ਹੈ ਆਪਣੇ ਮਨ ਦੇ ਵਿੱਚੋਂ ਇਹ ਗੱਲ ਕੱਢ ਕੇ ਵੀ ਜੋ ਮੈਂ ਕਹਿ ਰਿਹਾ ਉਹੀ ਹੋਣਾ ਚਾਹੀਦਾ। ਨਹੀਂ, ਪਾਤਸ਼ਾਹ ਕਹਿੰਦੇ ਨਾਨਕ ਜੋ ਤੇ ਸੁਭਾਵ ਹੈ ਸੋ ਵਰਤੀਆ। ਹੋਣਾ ਅਖੀਰ ਤੇ ਉਹ ਹੈ ਜਿਹੜਾ ਉਸ ਪਰਮੇਸ਼ਰ ਨੂੰ ਚੰਗਾ ਲੱਗਦਾ। ਇਸ ਕਰਕੇ ਕੁਛ ਗੱਲਾਂ ਪਰਮੇਸ਼ਰ ਤੇ ਛੱਡ ਦੇਣੀਆਂ ਚਾਹੀਦੀਆਂ। ਕਈ ਵਾਰ ਬੰਦਾ ਟੈਨਸ਼ਨ 'ਚ ਰਹਿੰਦਾ ਜੀ, ਦੇਖੋ ਜੀ ਮੇਰਾ ਪੁੱਤ ਨਾ ਸਿਆਣਾ ਨਹੀਂ ਨਿਕਲਿਆ। ਮੈਂ ਕਹਿੰਦਾ ਨਾ ਅਸੀਂ ਪਹਿਲੇ ਹਾਂ, ਨਾ ਅਸੀਂ ਖੀਰਲੇ ਹਾਂ, ਨਾ ਅਸੀਂ ਪਹਿਲੇ ਐਸੇ ਇਨਸਾਨ ਹਾਂ, ਨਾ ਖੀਰਲੇ ਐਸੇ ਇਨਸਾਨ। ਤੂੰ ਨਹੀਂ, ਇੱਦਾਂ ਨਹੀਂ, ਕੁਛ ਗੱਲਾਂ ਵਾਹਿਗੁਰੂ ਪਰਮੇਸ਼ਰ 'ਤੇ ਛੱਡ ਦੇਣੀਆਂ ਚਾਹੀਦੀਆਂ ਨੇ, ਵੀ ਜਿੱਦਾਂ ਉਹ ਕਰੇਗਾ ਨਾ ਉਹ ਸਭ ਸਹੀ ਕਰੇਗਾ। ਮੇਰੀ ਬੁੱਧੀ ਓਨੀ ਨਹੀਂ ਹੈ ਜਿੰਨੀ ਉਸ ਵਾਹਿਗੁਰੂ ਪਰਮੇਸ਼ਰ ਦੀ ਹੈ। ਔਰ ਗੁਰਮੁਖੋ, ਜਿੰਨੀ ਆਪਣੀ ਪਕੜ ਢਿੱਲੀ ਕਰਦੇ ਜਾਵਾਂਗੇ ਨਾ, ਓਨੇ ਹੀ ਅਸੀਂ ਸੁਖੀ ਹੁੰਦੇ ਜਾਵਾਂਗੇ। ਇਸ ਕਰਕੇ ਕਹਿ ਦਈਏ ਨਾਨਕ ਜੋ ਤਿਸ ਭਾਵੈ ਸੋ ਵਰਤੀਆ। ਜੋ ਉਹਨੂੰ ਪਾਉਂਦਾ ਹੈ ਉਹੀ ਵਰਤਾਰਾ ਹੋਣਾ, ਸਾਡੇ ਹੱਥ ਕੁਛ ਵੀ ਨਹੀਂ ਹੈ। ਜਿੰਨੀ ਜਲਦੀ ਇਹ ਗੱਲ ਸਵੀਕਾਰ ਕਰ ਲਵਾਂਗੇ ਉਤਨਾ ਹੀ ਜਲਦੀ ਸਾਡੀ ਜ਼ਿੰਦਗੀ 'ਚ ਸਹਿਜ ਆ ਜਾਏਗਾ। ਭੁੱਲਾਂ ਚੁੱਕਾਂ ਦੀ ਖਿਮਾ, ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਸਾਹਿਬ ਜੀ ਓਮ। ਬਿਸਮਨ ਬਿਸਮ ਪਏ ਬਿਸਮਾਦ, ਜਿਨ ਬੁਝਿਆ ਤਿਸ ਆਇਆ ਸਵਾਦ। ਪ੍ਰਭ ਕੈ ਰੰਗ ਰਾਚ ਜਨ ਰਹੀ, ਗੁਰ ਕੈ ਬਚਨ ਪਦਾਰਥ ਲਹੀ। ਕੋਈ ਦਾਤੀ ਦੁੱਖ ਘਟਨ ਹਾਰ, ਜਾ ਕੈ ਸੰਗ ਤਰੈ ਸੰਸਾਰ। ਜਨ ਕਾ ਸੇਵਕ ਸੋ ਵਡ ਭਾਗੀ, ਜਨ ਕੈ ਸੰਗ ਏਕ ਲਿਵ ਲਾਗੀ। ਗੁਣ ਗੋਬਿੰਦ ਕੀਰਤਨ ਜਨ ਗਾਵੈ,
ਗੁਰ ਪ੍ਰਸਾਦ ਨਾਨਕ ਫਲ ਪਾਵੈ ਗੁਣ ਗੋਬਿੰਦ ਕੀਰਤਨ ਜਨ ਗਾਵੈ ਗੁਰ ਪ੍ਰਸਾਦ ਨਾਨਕ ਫਲ ਪਾਵੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਪਾਵਨ ਚਰਨਾਂ ਦੇ ਅੰਦਰ ਸਤਿਗੁਰਾਂ ਦੇ ਬਖਸ਼ੇ ਉੱਦਮ ਦੇ ਸਦਕਾ ਤਰਸ ਦੇ ਸਦਕਾ ਬਿਰਾਜਮਾਨ ਗੁਰੂ ਪਿਆਰ ਵਾਲੇ ਗੁਰੂ ਸਵਾਰੇ ਸਤਸੰਗੀ ਜਨੋ, ਸਭ ਤੋਂ ਪਹਿਲਾਂ ਧੰਨਵਾਦ ਸਤਿਗੁਰਾਂ ਦਾ ਕਰੀਏ। ਪਾਤਸ਼ਾਹ ਸਾਨੂੰ ਉੱਦਮ ਬਖਸ਼ਦੇ ਨੇ, ਸਾਨੂੰ ਸਮਤ ਬਖਸ਼ਦੇ ਨੇ ਅਤੇ ਸਤਸੰਗਤ ਦੇ ਵਿੱਚ ਸਾਨੂੰ ਉੱਦਮ ਦੇ ਨਾਲ ਲੈ ਕੇ ਤਰਸ ਕਰਕੇ ਸਾਨੂੰ ਇਹ ਸਮਾਂ ਬਖਸ਼ਿਸ਼ ਕਰਦੇ ਨੇ। ਤੋ ਗੁਰਮੁਖੋ, ਪਾਵਨ ਬਾਣੀ ਸ਼੍ਰੀ ਸੁਖਮਨੀ ਸਾਹਿਬ ਜੀ ਦੀ 16ਵੀਂ ਅਸ਼ਟਪਦੀ ਦੀ ਅਖੀਰਲੀ ਪੌੜੀ, ਇਹ ਪਾਠ ਆਪ ਜੀ ਨੇ ਸਰਵਨ ਵੀ ਕੀਤਾ, ਨਾਲ ਨਾਲ ਉਚਾਰਿਆ ਵੀ ਹੈ। ਅੱਜ ਇਸ 16ਵੀਂ ਅਸ਼ਟਪਦੀ ਦੀ ਇਸ ਅਖੀਰਲੀ ਪੌੜੀ ਦਾ ਜਾਪ ਆਪਾਂ ਵਿਚਾਰ ਕਰਨੀ ਹੈ, ਜਿੱਥੋਂ ਧੰਨ ਗੁਰੂ ਅਰਜਨ ਸਾਹਿਬ ਪਾਤਸ਼ਾਹ ਨੇ ਕਿਰਪਾ ਕੀਤੀ ਸੀ ਨਾ, ਰੂਪ ਨਾ ਰੇਖ ਨਾ ਰੰਗ ਕਿਛ ਤ੍ਰਹਿ ਗੁਣ ਤੇ ਪ੍ਰਭ ਭਿੰਨ ਤਿਸੈ ਬੁਝਾਏ ਨਾਨਕਾ। ਬੁਝਾਏ ਦਾ ਅਰਥ ਬੁੱਝ ਲੈਣਾ, ਸਮਝ ਲੈਣਾ, ਸੂਝ ਪ੍ਰਾਪਤ ਕਰ ਲੈਣਾ। ਜਿਸ ਹੋਵੇ ਸੋ ਪ੍ਰਸੰਨ, ਜਿਹਦੇ ਉੱਤੇ ਉਹ ਵਾਹਿਗੁਰੂ ਪ੍ਰਸੰਨ ਹੁੰਦਾ, ਜਿਹੜਾ ਰੂਪ ਤੋਂ ਰੇਖ ਤੋਂ ਰੰਗ ਤੋਂ ਭਿੰਨ ਹੈ, ਉਸ ਪਰਮਾਤਮਾ ਦੀ ਸੋਝੀ ਉਸੇ ਨੂੰ ਆਉਂਦੀ ਹੈ। ਜਿਸ ਹੋਵੇ ਸੋ ਪ੍ਰਸੰਨ। ਤੋ ਅੱਜ ਦਾ ਜੋ ਇਹ ਪਾਵਨ ਪਦਾ ਹੈ ਭਾਗਾਂ ਵਾਲਿਓ, ਇਸ ਪਾਵਨ ਪਦੇ ਦਾ ਇੱਕ ਇੱਕ ਜਿਹੜਾ ਸ਼ਬਦ ਹੈ ਨਾ, ਉਹ ਸਮਝਣ ਵਾਲਾ, ਬੜੇ ਧਿਆਨ ਨਾਲ ਸਮਝਣਾ ਹੈ। ਬਿਸਮਨ ਬਿਸਮ ਭਏ ਬਿਸਮਾਦ, ਬਿਸਮਨ ਬਿਸਮ ਦਾ ਅਰਥ ਹੈ ਆਤਮਕ ਆਨੰਦ ਦੀ ਸਭ ਤੋਂ ਉੱਤਮ ਅਵਸਥਾ। ਆਤਮਕ ਆਨੰਦ ਦੀ ਸਭ ਤੋਂ ਉੱਤਮ ਅਵਸਥਾ, ਉਸਨੂੰ ਬਿਸਮਨ ਬਿਸਮ ਕਿਹਾ ਜਾਂਦਾ ਹੈ। ਬਿਸਮਨ ਬਿਸਮ ਭਏ ਬਿਸਮਾ, ਆਤਮਕ ਆਨੰਦ ਦੀ ਉੱਚੀ ਅਵਸਥਾ ਨੂੰ ਮਾਣਦਿਆਂ ਮਾਣਦਿਆਂ ਇੱਕ ਦਿਨ ਰੱਬ ਦੇ ਸਤਸੰਗੀ ਜਨ ਬਿਸਮਾਦ ਵਿੱਚ ਆ ਜਾਂਦੇ ਹੈ।
ਬਸ ਬਿਸਮਾਤ ਦੀ ਵਿੱਚ ਬਿਸਮਾਤ ਦੀ ਅਵਸਥਾ ਵਿੱਚ ਹੋ ਗਏ। ਇਹ ਉਹ ਅਵਸਥਾ ਹੈ ਗੁਰਮੁਖੋ ਜਿਸ ਨੂੰ ਧਰਮ ਦੀ ਦੁਨੀਆ ਅੰਦਰ ਸੁੰਨ ਸਮਾਧ ਕਿਹਾ ਜਾਂਦਾ ਹੈ। ਬਿਸਮਾਧ ਦੀ ਅਵਸਥਾ ਕਿਹੜੀ ਹੈ? ਜਿਸ ਨੂੰ ਅਫਰ ਅਵਸਥਾ ਕਿਹਾ ਜਾਂਦਾ ਹੈ, ਜਿੱਥੇ ਸਾਡੇ ਚਿੰਤਾਵਾਂ ਸਾਡੇ ਫੁਰਨੇ ਨੇ ਨਾ, ਜਿਹੜੇ ਮਨ ਦੇ ਫੁਰਨੇ, ਇਹ ਸਾਰੇ ਦੇ ਸਾਰੇ ਖਤਮ ਹੋ ਜਾਂਦੇ ਆ, ਮਿਟ ਜਾਂਦੇ ਆ, ਕੋਈ ਫੁਰਨਾ ਨਹੀਂ ਹੈ। ਜਿਹਨੂੰ ਕਿਹਾ ਜਾਂਦਾ ਸੁੰਨ ਮੰਡਲ ਇੱਕ ਜੋਗੀ, ਵੈਸੇ ਸੁੰਨ ਸਮਾਧ ਦੀ ਅਵਸਥਾ ਹੈ। ਔਰ ਜਿਨ੍ਹਾਂ ਨੇ ਮਾਣੀ ਹੈ, ਚੇਤਾ ਰੱਖੋ, ਇੰਝ ਹੁੰਦਾ ਵੀ ਬਾਹਰ ਨਾ ਨਿਕਲੀਏ ਇਸ ਅਵਸਥਾ 'ਚੋਂ, ਬੋਲੀਏ ਨਾ, ਬੋਲਣ ਨੂੰ ਨਹੀਂ ਮਨ ਕਰਦਾ। ਤੋ ਧੰਨ ਗੁਰੂ ਅਰਜਨ ਸਾਹਿਬ ਪਾਤਸ਼ਾਹ ਕਹਿੰਦੇ ਨੇ, ਬਿਸਮਨ ਬਿਸਮ ਭਏ ਬਿਸਮਾਰ। ਰੱਬ ਦੇ ਸਤਸੰਗੀ ਜਨਾਂ ਨੇ ਬਿਸਮਨ ਬਿਸਮ ਦੀ ਅਵਸਥਾ ਨੂੰ ਮੰਨਦਿਆਂ ਅਖੀਰ ਨੂੰ ਬਿਸਮਾਦ ਪਦ ਪ੍ਰਾਪਤ ਕਰ ਲਿਆ, ਸੁਨ ਅਵਸਥਾ ਅਫੁਰ ਅਵਸਥਾ ਨੂੰ ਪ੍ਰਾਪਤ ਕਰ ਲਿਆ। ਜਿਨ ਬੂਝਿਆ ਤਿਸ ਆਇਆ ਸਵਾਦ। ਕਹਿਣ ਲੱਗੇ ਜਿਸ ਨੇ ਇਸ ਬਿਸਮਾਦ ਦੀ ਅਵਸਥਾ ਨੂੰ ਬੁੱਝ ਲਿਆ ਨਾ, ਪਹਿਚਾਣ ਲਿਆ, ਜਾਣ ਲਿਆ, ਬਸ ਸਵਾਦ ਕੇਵਲ ਉਸੇ ਨੂੰ ਆਉਂਦਾ ਹੈ। ਆਪਾਂ ਸੌਖਾ ਜਿਹਾ ਸਮਝ ਲਓ, ਜੇ ਇਹਨਾਂ ਬਚਨਾਂ ਨੂੰ ਸਮਝਣਾ ਹੋਵੇ ਸੌਖਾ ਤਰੀਕਾ, ਬਿਸਮਾਦ ਦੀ ਅਵਸਥਾ ਗੁਰਮੁਖੋ ਉਹ ਹੁੰਦੀ ਹੈ ਜਿੱਥੇ ਅਸੀਂ ਆਤਮਕ ਆਨੰਦ ਨੂੰ ਮਾਣ ਤਾਂ ਰਹੇ ਹਾਂ ਪਰ ਬਿਆਨ ਨਹੀਂ ਕਰ ਰਹੇ, ਕਿਉਂਕਿ ਉਹ ਅਵਸਥਾ ਐਸੀ ਹੈ, ਉਹ ਸਵਾਦ ਐਸਾ ਹੈ ਜਿਹੜਾ ਸਵਾਦ ਸਾਡੀ ਚਿੰਤਨ ਤੋਂ ਬਾਹਰ ਦੀ ਗੱਲ ਹੈ, ਸਾਡੀ ਸੋਚ ਤੋਂ ਬਾਹਰ ਦੀ ਗੱਲ ਹੈ, ਸੋਚਿਆ ਨਹੀਂ ਹੈ। ਇੰਨਾ ਆਨੰਦ, ਇੰਨਾ ਹੈਰਾਨ ਕਰਨ ਵਾਲੀ ਅਵਸਥਾ ਜਿਹਨੂੰ ਅਸੀਂ ਕਹਿੰਦੇ ਹਾਂ, ਹੁੰਦਾ ਨਾ ਇੱਦਾਂ, ਬੰਦਾ ਕੋਈ ਇੱਦਾਂ ਚੀਜ਼ ਦੇਖੇ, ਇੰਨੀ ਸੋਹਣੀ ਹੋਵੇ, ਇੰਨੀ ਸ਼ਾਂਤਮਈ ਹੋਵੇ, ਇੰਨੀ ਕਮਾਲ ਦੀ ਬਣੀ ਹੋਵੇ, ਵੀ ਅਸੀਂ ਕਹੀਏ ਵੀ ਇਹੋ ਜਿਹੀ ਤਾਂ ਮੈਂ ਕਦੇ ਦਿਮਾਗ 'ਚ ਸੋਚੀ ਵੀ ਨਹੀਂ ਸੀ। ਕਿੱਦਾਂ ਦਿਮਾਗ ਹੈਰਾਨ ਜਿਹਾ ਹੋਈ ਜਾਂਦਾ ਹੈ, ਹੁੰਦਾ ਨਾ ਕਈ ਵਾਰ ਇੱਦਾਂ ਦੇਖਦੇ ਹਾਂ ਆਪਾਂ ਵੀ ਕਿੱਦਾਂ ਦਿਮਾਗ ਹੈਰਾਨ ਹੁੰਦਾ ਹੈ। ਪਾਤਸ਼ਾਹ ਕਹਿੰਦੇ ਜਿਹੜਾ ਬਿਸਮਾਦ ਦੀ ਅਵਸਥਾ ਨਾ, ਉੱਥੇ ਇੰਨਾ ਟਕਾ ਹੈ, ਇੰਨੀ ਸ਼ਾਂਤੀ ਹੈ, ਉੱਥੇ ਕਿੰਨੀ ਸੁੰਨ ਸਮਾਧ ਹੈ, ਉਸ ਨੂੰ ਬਿਆਨ ਕੀਤਾ ਹੀ ਨਹੀਂ ਜਾ ਸਕਦਾ, ਉਸ ਨੂੰ ਕੇਵਲ ਮਾਣਿਆ। ਜਿਹਨੂੰ ਬਾਬਾ ਜੀ ਨੇ ਕਹਿਣਾ, ਕਹੋ ਕਬੀਰ ਗੂੰਗੇ ਗੁੜ ਖਾਇਆ ਪੁੱਛੇ ਤੇ ਕਿਆ ਕਹੀ ਹੈ, ਮਾਣਿਆ ਹੀ ਹੈ ਨਾ, ਗੂੰਗਾ ਹੈ। ਉਹਨੇ ਸਵਾਦ ਨੂੰ ਮਾਣ ਲਿਆ, ਪਰ ਜੇ ਉਹਨੂੰ ਪੁੱਛੀਏ ਵੀ ਕਿੱਦਾਂ ਦਾ ਸਵਾਦ ਸੀ, ਉਹ ਬਿਆਨ ਨਹੀਂ ਕਰ ਸਕਦਾ। ਜਿਹੜਾ ਗੁਰਮੁਖੋ ਆਤਮਕ ਆਨੰਦ ਬਿਸਮਾਦ ਹੈ ਨਾ, ਉਸ ਆਤਮਕ ਆਨੰਦ ਦੀ ਸਿਖਰਲੀ ਜਿਹੜੀ ਅਵਸਥਾ ਹੈ ਬਿਸਮਾਦ ਦੀ, ਉਸ ਨੂੰ ਕੇਵਲ ਮਾਣਿਆ ਜਾ ਸਕੀਦਾ, ਉਸ ਨੂੰ ਬਿਆਨ ਨਹੀਂ ਕੀਤਾ ਜਾ ਸਕੀਦਾ। ਕਹਿਬੇ ਕੋ ਸ਼ੋਭਾ ਨਹੀਂ ਦੇਖਾ ਹੀ ਪਰਵਾਨ। ਜਿਨ ਬੂਝਿਆ ਤਿਸ ਆਇਆ
ਸਵਾਦ, ਜਿਨ੍ਹਾਂ ਨੇ ਬੁੱਝ ਲਿਆ, ਜਿਨ੍ਹਾਂ ਨੇ ਮਾਣ ਲਿਆ, ਜਿਨ੍ਹਾਂ ਨੇ ਪ੍ਰਾਪਤ ਕਰ ਲਿਆ, ਉਹਨਾਂ ਨੂੰ ਭਾਈ ਇਸ ਵਿਸਮਾਦ ਅਵਸਥਾ ਦਾ ਆਨੰਦ ਆਇਆ ਹੈ। ਵਰਨ ਨਾ ਸਾਪੋ ਨਾਨਕ ਮਹਿਮਾ ਪੇਖ ਰਹੇ ਬਿਸਮਾਦ। ਹੇ ਨਾਨਕ, ਉਸ ਪਰਮਾਤਮਾ ਜੀ ਦੀ ਮਹਿਮਾ ਜਦੋਂ ਸਮਝ ਪੈਂਦੀ ਹੈ ਨਾ, ਫਿਰ ਕੇਵਲ ਉਹਨੂੰ ਵੇਖਿਆ ਹੀ ਜਾ ਸਕੀਦਾ, ਉਹਨੂੰ ਬਿਆਨ ਨਹੀਂ ਕੀਤਾ ਜਾ ਸਕੀਦਾ। ਉਹ ਬਿਸਮਾਦ ਦੀ ਅਵਸਥਾ ਹੈ। ਬਿਸਮਾਦ ਨੇੜੇ, ਗੁਰੂ ਨਾਨਕ ਸਾਹਿਬ ਆਸਾ ਕੀ ਵਾਰ ਦੀ ਬਾਣੀ 'ਚ, ਬਿਸਮਾਦ ਦੂਰ, ਬਿਸਮਾਦ ਦੇਖੈ ਹਾਜ਼ਰਾ ਹਜ਼ੂਰ, ਦੇਖ ਵੇਖ ਬਣਾਉਣ ਰਿਹਾ ਬਿਸਮਾਦ, ਨਾਨਕ ਬੂਝਣ ਪੂਰੇ ਪਾਗ। ਜਿਨ੍ਹਾਂ ਨੇ ਇਸ ਬਿਸਮਾਦ, ਇਸ ਆਤਮਕ ਆਨੰਦ ਦੀ ਅਵਸਥਾ ਨੂੰ, ਸੁਣ ਦੀ ਅਵਸਥਾ ਨੂੰ ਮਾਣ ਲਿਆ, ਪਾਤਸ਼ਾਹ ਕਹਿੰਦੇ ਉਹ ਬਿਆਨ ਨਹੀਂ ਕਰ ਸਕਦੇ। ਫਿਰ ਉਸ ਅਵਸਥਾ ਦੇ ਵਿੱਚ ਪਰਮਾਤਮਾ ਦਾ ਨੇੜੇ ਹੋਣਾ ਵੀ ਸੁੱਖ ਦਿੰਦਾ ਹੈ। ਉਹ ਅਵਸਥਾ ਬਿਆਨ ਤੋਂ ਪਰੇ ਦੀ ਹੈ। ਜਦੋਂ ਉਸ ਪਰਮਾਤਮਾ ਨੂੰ ਦੂਰੋਂ ਦੇਖਦੇ ਹਾਂ, ਦੂਰ ਹੋ ਕੇ, ਤਾਂ ਵੀ ਉੱਥੇ ਆਨੰਦਮਈ ਹੀ ਆਨੰਦ ਹੈ। ਪ੍ਰਭ ਕੈ ਰੰਗ ਰਾਚ ਜਨ ਰਹੇ, ਰਾਚ ਜਨ ਰਹੇ, ਜਨ ਦਾ ਅਰਥ ਹੈ ਉਹਦੇ ਜਪਣ ਵਾਲੇ, ਉਹਨੂੰ ਸਿਮਰਨ ਕਰਨ ਵਾਲੇ, ਜਨ ਰਹੇ, ਰਾਚ ਜਨ ਰਹੇ। ਜਦੋਂ ਪ੍ਰਭੂ ਦੇ ਜਨ ਉਸ ਦੇ ਪਰਮਾਤਮਾ ਦੇ ਪ੍ਰੇਮ ਰੰਗ ਵਿੱਚ ਰੰਗੇ ਜਾਂਦੇ ਹਨ, ਉਸ ਵਾਹਿਗੁਰੂ ਦੇ ਜਨ ਜਦੋਂ ਉਸ ਦੇ ਪ੍ਰੇਮ ਰੰਗ ਵਿੱਚ ਰੰਗੇ ਜਾਂਦੇ ਹਨ। ਗੁਰ ਕੈ ਬਚਨ ਪਦਾਰਥ ਲਹੇ, ਫਿਰ ਉਹ ਗੁਰੂ ਦੇ ਬਚਨਾਂ ਦੇ ਰਾਹੀਂ ਨਾਮ ਦੇ ਪਦਾਰਥ ਨੂੰ ਪ੍ਰਾਪਤ ਕਰਦੇ ਹਨ। ਸਭ ਤੋਂ ਪਹਿਲਾਂ ਗੁਰਮੁਖੋ, ਪਰਮੇਸ਼ਰ ਦੇ ਪਿਆਰ ਦੇ ਰੰਗ ਵਿੱਚ ਆਤਮਾ ਨੂੰ ਰੰਗਿਆ ਜਾਂਦਾ ਹੈ, ਤਾਂ ਹੀ ਗੁਰੂ ਕੇ ਬਚਨਾਂ ਦੇ ਰਾਹੀਂ ਨਾਮ ਦਾ ਪਦਾਰਥ ਪ੍ਰਾਪਤ ਹੁੰਦਾ ਹੈ। ਪ੍ਰਭ ਕੈ ਰੰਗ, ਪ੍ਰਭੂ ਦੇ ਪਿਆਰ ਵਿੱਚ ਰਾਚ ਜਨ ਰਹੇ, ਜਦੋਂ ਉਹਦੇ ਜਨ ਰਚ ਗਏ ਗੁਰ ਕੈ ਬਚਨ, ਫਿਰ ਗੁਰੂ ਦੇ ਬਚਨ ਦੇ ਰਾਹੀਂ, ਗੁਰੂ ਦੀ ਸਿੱਖਿਆ ਦੇ ਰਾਹੀਂ, ਗੁਰੂ ਕੀ ਬਾਣੀ ਦੇ ਰਾਹੀਂ ਪਦਾਰਥ ਲਹੇ, ਉਹ ਨਾਮ ਪਦਾਰਥ ਨੂੰ ਪ੍ਰਾਪਤ ਕਰ ਲੈਂਦੇ ਹਨ। ਜਦੋਂ ਨਾਮ ਪਦਾਰਥ ਪ੍ਰਾਪਤ ਹੋ ਗਿਆ, ਫਿਰ ਅਵਸਥਾ ਕੀ ਬਣਦੀ ਹੈ? ਓਏ ਦਾਤੇ ਦੁੱਖ ਕਾਟਨਹਾਰ। ਉਹ ਫਿਰ ਨਾ ਜਦੋਂ ਗੁਰੂ ਦੇ ਬਚਨਾਂ ਦੇ ਰਾਹੀਂ ਨਾਮ ਦਾ ਪਦਾਰਥ, ਗੁਰਮੁਖੋ ਜਿਸ ਨੇ ਵੀ ਪ੍ਰਾਪਤ ਕਰ ਲਿਆ, ਜਿਹਨੂੰ ਨਾਮ ਦੀ ਪ੍ਰਾਪਤੀ ਹੋ ਗਈ, ਪਾਤਸ਼ਾਹ ਕਹਿੰਦੇ ਫਿਰ ਓਏ ਉਹ ਮਨੁੱਖ ਦਾਤੇ, ਉਹ ਫਿਰ ਮੰਗਤੇ ਨਹੀਂ, ਦਾਤੇ ਬਣ ਜਾਂਦੇ, ਉਹ ਦੇਣ ਵਾਲੇ ਬਣ ਜਾਂਦੇ ਆ। ਉਹ ਉਸ ਪਰਮੇਸ਼ਰ ਦਾ ਰੂਪ ਹੀ ਹੋ ਜਾ, ਦੁੱਖ ਕੱਟਣ ਹਾਰ, ਜਿੱਥੇ ਪ੍ਰਭੂ ਦੁੱਖਾਂ ਨੂੰ ਕੱਟਣ ਵਾਲਾ ਹੈ, ਗੁਰੂ ਦੁੱਖਾਂ ਨੂੰ ਕੱਟਣ ਵਾਲਾ ਹੈ, ਜਿਨ੍ਹਾਂ ਨੇ ਗੁਰੂ ਦੇ ਰਾਹੀਂ ਨਾਮ ਦੇ ਪਦਾਰਥ ਨੂੰ ਪ੍ਰਾਪਤ ਕਰ ਲਿਆ, ਉਹ ਜਨ ਵੀ ਫਿਰ ਦੁੱਖਾਂ ਨੂੰ ਕੱਟਣ ਵਾਲੇ ਹੋ ਜਾਂਦੇ ਹੈ। ਤਾਂ ਹੀ ਗੁਰੂ ਅਰਜਨ ਸਾਹਿਬ ਪਾਤਸ਼ਾਹ ਨੇ ਕਿਹਾ ਨਾ, ਗੁਰੂ ਕੀ ਹੈ? ਗੁਰਦਾਤਾ, ਗੁਰ ਹਿਵੈ ਘਰ, ਗੁਰੂ ਹਿਵੇ ਦਾ ਗੁਰ, ਗੁਰੂ ਦਾਤਾਂ ਦੇਣ ਵਾਲਾ ਦਾਤਾ ਹੈ। ਦੂਜਾ ਕੀ ਕਿਹਾ? ਗੁਰ ਹਿਵੈ ਘਰ, ਗੁਰੂ ਬਰਫ਼ ਦਾ ਘਰ ਹੈ, ਇਹ ਤਪਦੇ ਹੋਇਆਂ ਨੂੰ ਠਾਰਦਾ ਹੈ। ਅਤੇ ਤੀਜਾ ਕੀ ਬਚਨ ਕਿਹਾ? ਗੁਰ ਦੀਪਕ ਤਹਿ ਲੋਏ, ਗੁਰੂ ਤਾਂ ਤਿੰਨਾਂ ਲੋਕਾਂ ਦਾ ਬਲਦਾ ਹੋਇਆ ਦੀਪਕ ਹੈ।
ਪਰਮਖ ਗੁਰੂ ਨੂੰ ਦੀਪਕ, ਦੀਪਕ ਕੀ ਹੁੰਦਾ? ਦੀਵਾ, ਚਿਰਾਗ। ਗੁਰੂ ਨੂੰ ਚਿਰਾਗ ਪਟ ਸਾਹਿਬਾਨ ਕਹਿੰਦੇ। ਜਦੋਂ ਪਟ ਸਾਹਿਬਾਨ ਨਾ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੀ ਮਹਿਮਾ ਕਰਦੇ ਆ, ਕੀ ਕਹਿੰਦੇ ਨੇ, ਬਲਿਓ ਚਿਰਾਗ ਅੰਧਿਆਰ ਮੈਂ ਸਭ ਕੱਲ ਉਧਰੇ ਇੱਕ ਨਾਮ ਧਰਮ। ਗੁਰੂ ਨਾਨਕ ਸਾਹਿਬ ਪਾਤਸ਼ਾਹ ਇਸ ਹਨੇਰੇ ਵਿੱਚ ਚਿਰਾਗ ਦੇ ਵਾਂਗ ਬਲੇ, ਦੀਪਕ ਦੀਵੇ ਦੇ ਵਾਂਗ ਬਲੇ। ਇੱਦਾਂ ਹੁਣ ਗੁਰੂ ਨਾਨਕ ਸਾਹਿਬ ਨੂੰ ਗੁਰਮੁਖ ਚਿਰਾਗ ਕਹਿ ਦਿੱਤਾ। ਦੀਵਾ, ਦੀਵਾ ਕੀ ਕਰਦਾ? ਕਿਉਂ ਗੁਰੂ ਨੂੰ ਦੀਵੇ ਨਾਲ ਕਿਉਂ ਤਸ਼ਬੀਹ ਦਿੱਤੀ ਜਾਂਦੀ ਹੈ? ਕਾਰਨ ਹੈ, ਇੱਕ ਦੀਵਾ ਜਗਦਾ ਹੋਵੇ ਨਾ ਤੇ ਹਜ਼ਾਰਾਂ ਦੀਵੇ ਇੱਦਾਂ ਬੁਝੇ ਹੋਣ, ਇੱਕ ਦੀਵਾ ਉਹਨਾਂ ਹਜ਼ਾਰਾਂ ਦੀਵਿਆਂ ਨੂੰ ਆਪਣੀ ਜੋਤ ਦਿੰਦਾ, ਆਪਣਾ ਚਾਨਣ ਦਿੰਦਾ। ਇੱਕ ਇੱਕ ਦੀਵਾ ਹਜ਼ਾਰਾਂ ਬੁਝੀਆਂ ਹੋਈਆਂ ਨੂੰ ਜਗਾ ਦਿੰਦਾ, ਤੇ ਇਕੱਲਾ ਜਗਾਉਂਦਾ ਨਹੀਂ ਹੈ, ਨਾਲ ਇਹ ਵੀ ਕਹਿੰਦਾ, ਜਿਹੜੀ ਜੋਤ ਮੈਂ ਤੁਹਾਨੂੰ ਦਿੱਤੀ ਹੈ, ਤੁਹਾਡੇ ਅੰਦਰ ਇੰਨੀ ਸ਼ਕਤੀ ਭਰ ਦਿੱਤੀ ਹੈ, ਅੱਗੇ ਤੁਸੀਂ ਵੀ ਹਜ਼ਾਰਾਂ ਬੁਝਿਆਂ ਹੋਇਆਂ ਨੂੰ ਬਾਲ ਸਕਦੇ ਹੋ, ਜਗਾ ਸਕਦੇ ਹੋ। ਗੁਰੂ ਨਾਨਕ ਸਾਹਿਬ ਚਿਰਾਗ ਨੇ, ਦੀਪਕ ਗੁਰੂ ਨੇ, ਕਿਉਂ ਆਪ ਵੀ ਬੁਝਿਆਂ ਹੋਇਆਂ ਨੂੰ ਜਗਾ ਦਿੰਦੇ ਨੇ, ਅਤੇ ਗੁਰਮੁਖੋ ਜਿਨ੍ਹਾਂ ਬੁਝਿਆਂ ਹੋਇਆਂ ਨੂੰ ਗੁਰੂ ਨਾਨਕ ਸਾਹਿਬ ਨੇ ਜਗਾ ਦਿੱਤਾ, ਗੁਰੂ ਨਾਨਕ ਸਾਹਿਬ ਨੇ ਉਹਨਾਂ ਅੰਦਰ ਇੰਨੀ ਤਾਕਤ ਭਰ ਦਿੱਤੀ, ਉਹਨਾਂ ਅੱਗੇ ਜਾ ਕੇ ਲੱਖਾਂ ਬੁਝਿਆਂ ਹੋਇਆਂ ਨੂੰ, ਹੋਰਾਂ ਨੂੰ ਜਗਾ ਦਿੱਤਾ। ਇੱਕ ਬੁਝਿਆ ਹੋਇਆ ਦੀਵਾ ਬਾਬਾ ਲਹਿਣਾ ਗੁਰੂ ਨਾਨਕ ਸਾਹਿਬ ਪਾਤਸ਼ਾਹ ਦੇ ਕੋਲ ਆਉਂਦਾ ਹੈ। ਗੁਰੂ ਨੇ ਆਪਣੀ ਜੋਤ ਦਿੱਤੀ, ਨਾਲ ਕਿਹਾ ਲਹਿਣਿਆ ਹੁਣ ਤੂੰ ਵੀ ਅੱਗੇ ਲੱਖਾਂ ਨੂੰ ਜਗਾ ਸਕਦਾ ਹੈ। ਇੱਦਾਂ ਹੀ ਕੀਤਾ ਨਾ ਗੁਰ। ਇਸੇ ਤਰ੍ਹਾਂ ਦੇ ਨਾਲ ਗੁਰੂ ਅਰਜਨ ਸਾਹਿਬ ਪਾਤਸ਼ਾਹ ਕਹਿੰਦੇ, ਗੁਰ ਕੈ ਬਚਨ ਪਦਾਰਥ ਲਹੇ। ਜਿਨ੍ਹਾਂ ਨੇ ਗੁਰੂ ਦੇ ਬਚਨਾਂ ਦੇ ਰਾਹੀਂ ਨਾਮ ਪਦਾਰਥ ਨੂੰ ਪ੍ਰਾਪਤ ਕੀਤਾ, ਉਹ ਕੀ ਬਣ ਜਾਂਦੇ ਨੇ? ਉਹ ਇਹ ਦਾਤੇ, ਉਹ ਦੇਣ ਵਾਲੇ ਦਾਤੇ ਬਣ ਜਾਂਦੇ ਹੈ। ਦੁੱਖ ਕੱਟਣ ਹਾਰ, ਉਹ ਦੁੱਖਾਂ ਨੂੰ ਕੱਟਣ ਵਾਲੇ ਬਣ ਜਾਂਦੇ ਹੈ। ਗੁਰਮੁਖੋ ਜਿੱਥੇ ਜਿੱਥੇ ਗੁਰੂ ਦੁੱਖਾਂ ਨੂੰ ਕੱਟਣ ਵਾਲਾ ਹੈ, ਉੱਥੇ ਗੁਰੂ ਨੂੰ ਜਪਣ ਵਾਲੇ ਵੀ ਦੁੱਖ ਕੱਟਣ ਵਾਲੇ ਬਣ ਜਾਂਦੇ ਨੇ। ਗੁਰੂ ਜੀ ਆਪਣੀ ਸਮਰੱਥਾ ਉਹਨਾਂ ਅੰਦਰ ਵੀ ਰੱਖ ਦਿੰਦੇ ਹਨ। ਜਾ ਕੈ ਸੰਗ ਤਰੈ ਸੰਸਾਰ, ਫਿਰ ਉਹਨਾਂ ਗੁਰੂ ਕੇ ਜਨਾਂ ਦੀ, ਉਹਨਾਂ ਹਰੀ ਦੇ ਜਨਾਂ ਦੀ ਸੰਗਤ ਕਰਕੇ ਤਰੈ ਸੰਸਾਰ, ਇਹ ਸੰਸਾਰ ਤਰਦਾ ਹੈ, ਸੰਸਾਰ ਭਵਸਾਗਰ ਤੋਂ ਪਾਰ ਹੋ ਜਾਂਦਾ। ਜਾ ਕੈ ਸੰਗ, ਜਾ ਕੇ ਸੰਗ ਦਾ ਕੀ ਅਰਥ ਹੈ? ਉਹਨਾਂ ਜਨਾਂ ਦੀ ਸੰਗਤ ਕਰਕੇ, ਗੁਰੂ ਦੇ ਬਚਨਾਂ ਦੇ ਰਾਹੀਂ ਨਾਮ ਪਦਾਰਥ ਪ੍ਰਾਪਤ ਕਰਨ ਵਾਲੇ ਗੁਰਮੁਖਾਂ ਦੀ ਸੰਗਤ ਕਰਕੇ, ਸੰਤ ਜਨਾਂ ਦੇ ਜਪਣ ਜਪਣ ਵਾਲੇ ਸੰਤ ਜਨਾਂ ਦੀ ਸੰਗਤ ਕਰਕੇ। ਜਨ ਕੈ ਸੰਗ, ਜਾ ਕੈ ਸੰਗ ਤਰੈ ਸੰਸਾਰ, ਰੱਬ ਦੇ ਪਿਆਰੇ ਜਨਾਂ ਦੀ ਸੰਗਤ ਕਰਨ ਵਾਲੇ ਵੀ ਸੰਸਾਰ ਤੋਂ ਤਰ ਜਾਂਦੇ ਨੇ, ਪਾਰ ਹੋ ਜਾਂਦੇ ਹਨ। ਜਨ ਕਾ ਸੇਵਕ ਸੋ ਵੱਡ ਭਾਗੀ, ਜਨ ਹਰੀ ਦਾ ਉਹ ਜਨ, ਉਹ ਸੇਵਕ ਵੱਡੇ ਭਾਗਾਂ ਵਾਲਾ ਹੈ। ਜਨ ਕੈ ਸੰਗ ਏਕ ਲਿਵ ਲਾਗੀ, ਜਨਾਂ ਦੀ ਸੰਗਤ ਕਰਨ ਵਾਲਿਆਂ ਦੀ ਇੱਕ ਪਰਮੇਸ਼ਰ ਨਾਲ ਲਿਵ ਲੱਗ ਜਾਂਦੀ ਹੈ। ਜਿਹੜੇ ਗੁਰਮੁਖੋ ਗੁਰੂ ਦੀ ਸੰਗਤ ਕਰਦੇ ਨੇ, ਉਹਨਾਂ ਦੀ ਵੀ ਪਰਮਾਤਮਾ ਨਾਲ ਲਿਵ ਲੱਗ ਜਾਂਦੀ ਹੈ। ਜਿਹੜੇ ਗੁਰੂ ਨੂੰ ਜਪਣ ਵਾਲਿਆਂ ਦੀ ਸੰਗਤ ਕਰਦੇ ਨੇ, ਉਹਨਾਂ ਦੀ ਵੀ ਲਿਵ ਇੱਕ ਪਰਮਾਤਮਾ ਨਾਲ ਲੱਗ ਜਾਂਦੀ ਹੈ।
ਇੱਕ ਬਚਨ ਸਮਝੋ ਜੀ। ਭਾਈ ਮਰਦਾਨਾ ਗੁਰੂ ਨਾਨਕ ਸਾਹਿਬ ਪਾਤਸ਼ਾਹ ਨਾਲ ਚੱਲਣ ਵਾਸਤੇ ਤਿਆਰ ਹੁੰਦਾ। ਗੁਰੂ ਬਾਬੇ ਨੇ ਕਿਹਾ, ਸਤਿਗੁਰੂ ਪਾਤਸ਼ਾਹ ਕਹਿੰਦੇ ਚੱਲ ਮਰਦਾਨਿਆਂ ਚੱਲੀਏ, ਭਵ ਸਾਗਰ ਨੂੰ ਪਾਰ ਕਰ ਤਾਰੀਏ। ਬਾਬਾ ਚੱਲਣ ਲਈ ਤੇਰੇ ਨਾਲ ਤਿਆਰ ਹਾਂ, ਪਰ ਮੇਰੇ ਘਰ ਵਿੱਚ ਮੇਰੀ ਧੀ ਜਵਾਨ, ਉਹਦਾ ਵਿਆਹ ਕਿਹਨੇ ਕਰਨਾ ਮੇਰੇ ਤੋਂ ਬਾਅਦ? ਬਾਬੇ ਨੇ ਕਿਹਾ, ਪਹਿਲਾਂ ਤੇਰੀ ਧੀ ਦਾ ਵਿਆਹ ਕਰਾਂਗੇ। ਗੁਰਮੁਖੋ, ਕਰਤਾਰਪੁਰ ਦੇ ਨਜ਼ਦੀਕ ਇੱਕ ਨਗਰ ਇੱਕ ਸਿੱਖ ਸੀ, ਮਲਸੀਹਾਂ ਪਿੰਡ ਦੇ ਰਹਿਣ ਵਾਲਾ। ਸਤਿਗੁਰੂ ਪਾਤਸ਼ਾਹ ਨੇ ਭਾਈ ਮਨ ਸੁੱਖ ਨੂੰ ਆਪਣੇ ਕੋਲ ਬੁਲਾਇਆ ਅਤੇ ਕੋਲ ਬੁਲਾ ਕੇ ਉਹਨੂੰ ਲਾਹੌਰ ਭੇਜ ਦਿੱਤਾ। ਉਹਦਾ ਨਾਮ ਸੀ ਭਾਈ ਭਗੀਰਥ। ਭਾਈ ਭਗੀਰਥ ਨੂੰ ਬੁਲਾਇਆ, ਕਹਿਣ ਲੱਗੇ, ਭਾਈ ਲਾਹੌਰ ਜਾ ਕੇ ਇੱਕ ਸਿੱਖ ਰਹਿੰਦਾ ਮਨ ਸੁੱਖ, ਉਹਦੇ ਉਹ ਦੁਕਾਨ ਕਰਦਾ, ਉਹਦੇ ਕੋਲੋਂ ਭਾਈ ਮਰਦਾਨੇ ਜੀ ਦੀ ਬੱਚੀ ਦੇ ਵਿਆਹ ਲਈ ਸਮਾਨ ਲੈ ਕੇ ਆ। ਭਾਈ ਭਗੀਰਥ ਨੂੰ ਗੁਰੂ ਨਾਨਕ ਸਾਹਿਬ ਨੇ ਭੇਜਿਆ ਗੁਰਮੁਖੋਂ। ਭਾਈ ਭਗੀਰਥ ਲਾਹੌਰ ਪਹੁੰਚਦਾ, ਲਾਹੌਰ ਪਹੁੰਚ ਕੇ ਦੋ ਦਿਨ ਉੱਥੇ ਰਿਹਾ। ਭਾਈ ਮਰਦਾਨੇ ਦੇ ਧੀ ਦੇ ਵਿਆਹ ਦੇ ਲਈ ਸਮਾਨ ਖਰੀਦਿਆ ਲਾਹੌਰ ਤੋਂ। ਉਹ ਭਾਈ ਮਨਸੁੱਖ ਦੇ ਕੋਲ ਪਹੁੰਚਿਆ। ਭਾਈ ਭਗੀਰਥ ਦੀ ਸੰਗਤ ਦੋ ਦਿਨ ਭਾਈ ਮਨਸੁੱਖ ਨੇ ਕੀਤੀ। ਗੁਰੂ ਬਾਬੇ ਦਾ ਨਾਮ, ਗੁਰੂ ਬਾਬੇ ਦੀ ਮਹਿਮਾ ਸੁਣੀ। ਭਾਈ ਭਗੀਰਥ ਕੋਲੋਂ ਗੁਰੂ ਬਾਬੇ ਦੀ ਮਹਿਮਾ ਸੁਣੀ, ਜਪਜੀ ਸਾਹਿਬ ਦਾ ਪਾਠ ਸੁਣਿਆ ਅਤੇ ਗੁਰੂ ਨਾਨਕ ਦਾ ਸਿੱਖ ਬਣ ਗਿਆ। ਦਰਸ਼ਨ ਕੀਤੇ ਗੁਰੂ ਨਾਨਕ ਸਾਹਿਬ ਦੇ, ਸਮਝੋ ਜੀ। ਗੁਰੂ ਨਾਨਕ ਸਾਹਿਬ ਨੇ ਭਾਈ ਭਗੀਰਥ ਨੂੰ ਭੇਜਿਆ। ਭਾਈ ਭਗੀਰਥ ਲਾਹੌਰ ਗਿਆ। ਲਾਹੌਰ ਜਾ ਕੇ ਗੁਰੂ ਬਾਬੇ ਦੇ ਕੋਲੋਂ ਭਾਈ ਮਨਸੁੱਖ ਨੇ ਮਹਿਮਾ ਸੁਣੀ। ਮਹਿਮਾ ਸੁਣ ਕੇ, ਗੁਰਬਾਣੀ ਸੁਣ ਕੇ ਸਿੱਖ ਬਣ ਗਿਆ। ਉਹੀ ਭਾਈ ਮਨਸੁੱਖ ਵਪਾਰ ਕਰਦਾ ਕਰਦਾ ਸ਼੍ਰੀਲੰਕਾ ਦੀ ਧਰਤੀ 'ਤੇ ਪਹੁੰਚ ਗਿਆ। ਸ਼੍ਰੀਲੰਕਾ ਦੀ ਧਰਤੀ ਉੱਤੇ ਜਾ ਕੇ ਉੱਥੋਂ ਦੇ ਰਾਜੇ ਸ਼ਿਵਨਾਭ ਨੇ ਭਾਈ ਮਨਸੁੱਖ ਦੇ ਕੋਲੋਂ ਗੁਰੂ ਬਾਬੇ ਦੀ ਬਾਣੀ ਸੁਣੀ, ਉਹ ਸਿੱਖ ਬਣ ਗਿਆ। ਨੁਕਤਾ ਬੜੇ ਧਿਆਨ ਨਾਲ ਸਮਝੋ। ਸਿਰਫ ਇੱਕ ਸਿੱਖ ਨੇ ਦਰਸ਼ਨ ਕੀਤੇ ਗੁਰੂ ਦੇ, ਭਾਈ ਭਗੀਰਥ ਨੇ। ਭਾਈ ਭਗੀਰਥ ਤੋਂ ਬਾਣੀ ਸੁਣੀ ਭਾਈ ਮਨਸੁੱਖ ਨੇ, ਉਹ ਸਿੱਖ ਬਣ ਗਿਆ। ਅਤੇ ਭਾਈ ਮਨਸੁੱਖ ਨੇ ਵੀ ਦਰਸ਼ਨ ਨਹੀਂ ਕੀਤੇ, ਅੱਗੇ ਉਹ ਜਾ ਕੇ ਸ਼੍ਰੀਲੰਕਾ ਪਹੁੰਚਿਆ। ਉਹਦੇ ਕੋਲੋਂ ਬਾਣੀ ਰਾਜੇ ਸ਼ਿਵਨਾਭ ਨੇ ਸੁਣੀ, ਉਹ ਸਿੱਖ ਬਣ ਗਿਆ। ਇੱਦਾਂ ਹੁੰਦਾ ਹੈ। ਗੁਰੂ ਜੀ ਆਪਣੇ ਸਿੱਖ ਦੇ ਅੰਦਰ ਵੀ ਕਿਰਪਾ ਕਰਕੇ ਇੰਨੀ ਸਮਰੱਥਾ ਰੱਖਦੇ ਨੇ, ਜਿਹੜੇ ਗੁਰੂ ਨੂੰ ਜਪਣ ਵਾਲੇ ਨੇ, ਜਦੋਂ ਉਹ ਨਾਮ ਉਹ ਜਪਦੇ ਨੇ, ਉਹਨਾਂ ਦੇ ਜਪਣ ਵਾਲਿਆਂ ਦੀ ਸੰਗਤ ਕਰਨ ਵਾਲਾ ਵੀ ਗੁਰਮੁਖੋਂ ਜਪਣ ਲੱਗ ਪੈਂਦਾ ਹੈ। ਗੁਰੂ ਨੇ ਆਪਣੇ ਸਿੱਖਾਂ ਦੇ ਅੰਦਰ ਵੀ ਇੰਨੀ ਸਮਰੱਥਾ ਭਰੀ ਹੈ। ਇਸ ਕਰਕੇ ਪਾਤਸ਼ਾਹ ਕਹਿੰਦੇ, ਗੁਰ ਕੈ ਬਚਨ ਪਦਾਰਥ ਲਹੇ ਓਏ ਦਾਤੇ, ਦੁੱਖ ਕਾਟਨ ਹਾਰ ਜਾ ਕੈ ਸੰਗ ਤਰੈ ਸੰਸਾਰ। ਜਨ ਕਾ ਸੇਵਕ ਸੋ ਵੱਡ ਭਾਗੀ। ਨਾਮ ਜਪਣ ਵਾਲਿਆਂ ਦਾ ਸੇਵਕ ਵੀ, ਜਨ ਕਾ ਸੇਵਕ ਅਰਥ ਕੀ ਬਣਿਆ? ਰੱਬ ਦੇ ਨਾਮ ਜਪਣ ਵਾਲੇ ਜਨਾਂ ਦਾ ਸੇਵਕ, ਸੋ ਵੱਡ ਭਾਗੀ, ਉਹ ਵੀ ਵੱਡੇ ਭਾਗਾਂ ਵਾਲਾ ਹੁੰਦਾ ਹੈ। ਜਿਹਨੇ ਗੁਰੂ ਨੂੰ ਜਪਣ ਵਾਲਿਆਂ ਦੀ ਸੰਗਤ ਕਰ ਲਈ, ਉਹ ਵੀ ਵੱਡੇ ਭਾਗਾਂ ਵਾਲਾ। ਜਨ ਕੈ ਸੰਗ ਏਕ ਲਿਵ ਲਾਗੀ। ਰੱਬ ਦੇ ਸੰਤ ਜਨਾਂ ਦੀ,
ਰੱਬ ਦੇ ਭਗਤ ਜਨਾਂ ਦੀ ਸੰਗਤ ਕਰਨ ਵਾਲੇ ਦੀ ਵੀ ਇੱਕ ਪਰਮੇਸ਼ਰ ਨਾਲ ਲਿਵ ਲੱਗ ਜਾਂਦੀ ਹੈ। ਗੁਣ ਗੋਬਿੰਦ ਕੀਰਤਨ ਜਨ ਗਾਵੈ, ਪਾਤਸ਼ਾਹ ਕਹਿੰਦੇ ਭਾਈ ਜਨ ਗਾਵੈ, ਗੁਣ ਗੋਬਿੰਦ ਕੀਰਤਨ ਜਨ ਗਾਵੈ। ਜਨ ਦਾ ਕੀ ਅਰਥ ਹੈ? ਭਗਤ ਜਨ, ਸੰਤ ਜਨ, ਸਤਸੰਗੀ ਜਨ। ਜਦੋਂ ਸੰਤ ਜਨ, ਸਤਸੰਗੀ ਜਨ, ਗੁਰੂ ਦੀ ਸੰਗਤ ਕਰਨ ਵਾਲਾ ਜਨ ਜਦੋਂ ਗੋਬਿੰਦ ਦੇ ਗੁਣਾਂ ਦੀ ਕੀਰਤੀ ਕਰਦਾ ਹੈ, ਗੁਣ ਗੋਬਿੰਦ ਕੀਰਤਨ, ਗੋਬਿੰਦ ਦੇ ਗੁਣਾਂ ਦੀ ਕੀਰਤੀ ਉਹਨੂੰ ਜਪਣ ਵਾਲਾ ਕਰਦਾ, ਗੁਰਪ੍ਰਸਾਦ ਨਾਨਕ ਫਲ ਪਾਵੈ। ਗੁਰੂ ਦੀ ਕਿਰਪਾ ਦੇ ਨਾਲ ਫਿਰ ਉਹ ਭਾਈ, ਉਹ ਜਨ ਵੀ ਉਸ ਨਾਮ ਪਦਾਰਥ ਦਾ ਫਲ ਪ੍ਰਾਪਤ ਕਰ ਲੈਂਦਾ, ਉਸ ਬਿਸਮਾਦ ਦੇ ਆਨੰਦ ਨੂੰ ਪ੍ਰਾਪਤ ਕਰ ਲੈਂਦਾ ਹੈ। ਅਰਥ ਕੀ ਬਣਿਆ ਗੁਰਮੁਖੋ? ਗੁਰੂ ਅਰਜਨ ਸਾਹਿਬ ਪਾਤਸ਼ਾਹ ਵਾਰ ਵਾਰ ਕਹਿੰਦੇ ਨੇ, ਸੰਗਤ ਕਰਨੀ ਹੈ ਅਤੇ ਰੱਬ ਦੇ ਸੰਤ ਜਨਾਂ ਦੀ ਕਰ, ਰੱਬ ਦੇ ਪਿਆਰੇ ਭਗਤ ਜਨਾਂ ਦੀ ਕਰ। ਸੰਗਤ ਕਰਨੀ ਹੈ ਗੁਰੂ ਨੂੰ ਜਪਣ ਵਾਲੇ ਗੁਰਸਿੱਖਾਂ ਦੀ ਕਰ। ਅਰਥ ਕੀ ਬਣਿਆ ਇਹਦਾ? ਅੱਜ ਕੱਲ੍ਹ ਜਿਹੜੇ ਸਾਡੇ ਬੱਚੇ ਨੇ ਨਾ, ਮਾਂ ਪਿਓ ਨੂੰ ਇੱਕ ਬਹੁਤ ਵੱਡੀ ਸਮੱਸਿਆ ਅੱਜ ਕੱਲ੍ਹ ਕਿ ਸਾਡੇ ਬੱਚਿਆਂ ਦਾ ਫਰੈਂਡ ਸਰਕਲ ਕਿੱਦਾਂ ਦਾ ਹੋਣਾ ਚਾਹੀਦਾ ਹੈ। ਇੱਦਾਂ ਮਾਂ ਪਿਓ ਧਿਆਨ ਰੱਖਦੇ ਨੇ ਜੀ ਸਾਡਾ ਬੱਚਾ ਕਿਸ ਨਾਲ ਉੱਠਦਾ, ਕਿਸ ਨਾਲ ਬਹਿੰਦਾ, ਕਿਸ ਨਾਲ ਘੁੰਮਦਾ ਫਿਰਦਾ। ਕਿਉਂ? ਅਸੀਂ ਇਹ ਗੱਲ ਸਮਝਦੇ ਹਾਂ ਵੀ ਜਿੱਦਾਂ ਦੀ ਸਾਡੇ ਬੱਚਿਆਂ ਦੀ ਬਹਿਣੀ ਉੱਠਣੀ ਹੋ, ਜੈਸੇ ਲੋਕਾਂ ਨਾਲ ਸਾਡੇ ਬੱਚਿਆਂ ਦੀ ਬਹਿਣੀ ਉੱਠਣੀ ਹੋਏਗੀ, ਉੱਦਾਂ ਦੇ ਬਣ ਜਾਣਗੇ। ਇਸ ਲਈ ਗੁਰੂ ਪਾਤਸ਼ਾਹ ਨੇ ਕਿਹਾ, ਭਾਈ ਤੂੰ ਵੀ ਜਿਹੜੀ ਆਪਣਾ ਬਹਿਣਾ ਉੱਠਣਾ ਨਾ, ਉਹ ਗੁਰਮੁਖਾਂ ਨਾ ਕਰ, ਉਹ ਜਪਣ ਵਾਲਿਆਂ ਨਾ ਕਰ, ਉਹ ਰੱਬ ਦੀ ਭਗਤੀ ਕਰਨ ਵਾਲਿਆਂ ਨਾਲ ਕਰ। ਔਰ ਹੁੰਦਾ ਗੁਰਮੁਖੋ, ਇਹ ਗੱਲ ਨੂੰ ਕਦੇ ਨਾ ਭੁੱਲੋ, ਇਹ ਮਨ ਉੱਪਰ ਨੂੰ ਲੈ ਕੇ ਜਾਣਾ ਬਹੁਤ ਔਖਾ, ਪਾਣੀ ਵਰਗਾ ਹੁੰਦਾ ਇਹ ਮਨ। ਰੱਬ ਦੇ ਪਿਆਰੇ ਕਹਿੰਦੇ ਨੇ ਇਹ ਮਨ ਦਾ ਸੁਭਾਅ ਪਾਣੀ ਵਰਗਾ ਹੁੰਦਾ ਹੈ, ਪਾਣੀ ਨੂੰ ਉੱਪਰ ਲਿਜਾਣਾ ਬਹੁਤ ਔਖਾ ਹੈ, ਨੀਵੇਂ ਵਾਲੇ ਪਾਸੇ ਨੂੰ ਆਪਣੇ ਆਪ ਹੀ ਚਲਾ ਜਾਂਦਾ ਹੈ। ਇਹ ਮਨ ਨੂੰ ਉੱਪਰ ਲਿਜਾਣਾ ਬਹੁਤ ਔਖਾ ਹੈ, ਇਹਨੂੰ ਨਾਮ ਵੱਲ ਲੈ ਕੇ ਜਾਣਾ, ਸਿਮਰਨ ਵੱਲ ਲੈ ਕੇ ਜਾਣਾ, ਭਗਤੀ ਵੱਲ ਲੈ ਕੇ ਜਾਣਾ ਇਹਨੂੰ ਬੜਾ ਔਖਾ ਹੈ, ਪਾਪਾਂ ਵੱਲ, ਚਿੰਤਾ ਦੇ ਵੱਲ, ਜ਼ੁਲਮ ਦੇ ਵੱਲ, ਠੱਗੀ ਦੇ ਵੱਲ, ਬੇਈਮਾਨੀ ਦੇ ਵੱਲ ਇਹਨੂੰ ਲੈ ਕੇ ਜਾਣਾ ਨਹੀਂ ਪੈਂਦਾ, ਆਪਣੇ ਆਪ ਹੀ ਤੁਰ ਪੈਂਦਾ ਹੈ, ਆਪਣੇ ਆਪ ਹੀ ਤੁਰ ਪਏਗਾ। ਅੱਜ ਤੱਕ ਕਿਸੇ ਨੇ ਨਹੀਂ ਕਿਹਾ ਰੱਬ ਦਾ ਭਗਤ ਬਣਨਾ ਅਤੇ ਬੰਦਗੀ ਕਰਨੀ ਪਏਗੀ, ਸੰਤ ਜਨ ਬਣਨਾ ਅਤੇ ਚੌਂਕੜਾ ਮਾਰ ਕੇ ਅਭਿਆਸ ਕਰਨਾ ਪਏਗਾ। ਕਿਤੇ ਚੋਰ ਦੀ ਵੀ ਕੋਈ ਟ੍ਰੇਨਿੰਗ ਹੁੰਦੀ ਹੈ? ਨਾਮ ਦਾ ਅਭਿਆਸ ਹੁੰਦਾ ਹੈ, ਸਿਮਰਨ ਦਾ ਅਭਿਆਸ ਹੁੰਦਾ ਹੈ, ਕਦੇ ਚੋਰੀ ਕਰਨ ਦਾ ਵੀ ਗੁਰਮੁਖ ਕੋਈ ਅਭਿਆਸ ਹੁੰਦਾ, ਕਦੇ ਬੇਈਮਾਨੀ ਬੇਈਮਾਨ ਬਣਨ ਦਾ ਵੀ ਕੋਈ ਅਭਿਆਸ ਹੈ? ਨਹੀਂ, ਮਨ ਆਪਣੇ ਆਪ ਹੀ ਬਣ ਜਾਂਦਾ ਹੈ। ਇਸ ਕਰਕੇ ਬੁਰੇ ਵਾਲੇ ਪਾਸੇ ਇਹਨੂੰ ਲਿਜਾਣ ਦੀ ਲੋੜ ਨਹੀਂ ਹੈ, ਇਹਨੂੰ ਖਾਲੀ ਛੱਡ ਦਿਓ, ਇਹਨੇ ਆਪਣੇ ਆਪ ਹੀ ਤੁਰ ਜਾਣਾ ਹੈ, ਕੁਛ ਵੀ ਨਹੀਂ ਕਰਨ ਦੀ ਲੋੜ, ਬਸ ਮਨ ਛੱਡਣ, ਖੁੱਲ੍ਹਾ ਛੱਡ ਦਿਓ ਮਨ ਨੂੰ। ਤਾਂ ਹੀ ਗੁਰੂ ਪਾਤਸ਼ਾਹ ਨੇ ਕਿਹਾ, ਸਤਿਗੁਰੂ ਪਾਤਸ਼ਾਹ ਕਹਿੰਦੇ ਹਸਤੀ ਸਿਰ ਜਿਉਂ ਅੰਕੁਸ਼ ਹੈ, ਐਰਨ ਜਿਉਂ ਸਿਰ ਦੇ
ਮਨ ਤਨ ਆਗੈ ਰੱਖ ਕੇ ਉਬੀ ਸੇਵ ਕਰੇ ਇਸ ਮਨ ਨੂੰ ਇਸ ਤਨ ਨੂੰ ਗੁਰੂ ਅੱਗੇ ਇੰਜ ਰੱਖ ਕਿੰਜ ਰੱਖ ਹਸਤੀ ਸਿਰ ਜੋ ਅੰਕਸ ਹੈ ਜਿਵੇਂ ਹਾਥੀ ਦਾ ਸਿਰ ਅੰਕਸ਼ ਦੇ ਥੱਲੇ ਰਹਿੰਦਾ ਹੈ ਜਿੱਧਰ ਨੂੰ ਅੰਕਸ਼ ਮਾਰੀਦਾ ਉੱਧਰ ਨੂੰ ਤੁਰ ਪੈਂਦਾ ਗੁਰੂ ਕਾ ਸ਼ਬਦ ਇੱਕ ਅੰਕੁਸ਼ ਹੈ ਗੁਰੂ ਕਾ ਸ਼ਬਦ ਇੱਕ ਉਹ ਡੰਡਾ ਹੈ ਜਿੱਧਰ ਨੂੰ ਮਾਰੀਏ ਗੁਰੂ ਉੱਧਰ ਨੂੰ ਲੈ ਕੇ ਜਾਂਦਾ ਹੈ ਬਸ ਜਿੱਧਰ ਨੂੰ ਗੁਰੂ ਮਾਰ ਦੇਵੇ ਉੱਧਰ ਨੂੰ ਹੀ ਸ਼ਬਦ ਦਾ ਡੰਡਾ ਨਾ ਗੁਰਮੁਖੋ ਸਿੱਖ ਦੇ ਸਦਾ ਸਿਰ 'ਤੇ ਵੱਜਣਾ ਚਾਹੀਦਾ ਹੈ ਸਦਾ ਸਿਰ ਦੇ ਉੱਪਰ ਗੁਰੂ ਕਾ ਸ਼ਬਦ ਖੜ੍ਹਾ ਹੋਵੇ ਇੱਦਾਂ ਜਦੋਂ ਵੀ ਤੁਰਨਾ ਗੁਰਸਿੱਖ ਮੀਤ ਚਲੋ ਗੁਰ ਚਾਲੀ ਗੁਰੂ ਦੀ ਚਾਲ ਤੁਰਨਾ ਮੈਂ ਜਿਹੜੇ ਪਾਸੇ ਗੁਰੂ ਮੈਨੂੰ ਕਹਿੰਦਾ ਉੱਧਰ ਨੂੰ ਲੈ ਕੇ ਚੱਲਣਾ ਇੱਦਾਂ ਇਸ ਕਰਕੇ ਸਭ ਤੋਂ ਜ਼ਰੂਰੀ ਹੈ ਸਾਡੀ ਸੰਗਤ ਬਦਲੇ ਬੁਰਿਆਂ ਦੇ ਨਾਲੋਂ ਛੱਡ ਕੇ ਚੰਗੇ ਵਾਲੇ ਪਾਸੇ ਇੱਕ ਦਿਨ ਮੈਂ ਪਹਿਲਾਂ ਵੀ ਬੇਨਤੀ ਕੀਤੀ ਸਮਾਪਤੀ ਕਰੀਏ ਅਸੀਂ ਘੰਟਾ ਸੰਗਤ ਕਰਦੇ ਹਾਂ ਨਾ ਗੁਰਮੁਖ ਘੰਟਾ ਗੁਰਦੁਆਰਾ ਸਾਹਿਬ ਆਉਂਦੇ ਹਾਂ ਯਤਨ ਕਰੋ ਵੀ ਜਿਹੜਾ ਬੰਦਾ ਨਿੰਦਿਆ ਵਾਲੇ ਪਾਸੇ ਤੁਰਿਆ ਜਿਹੜਾ ਬੰਦਾ 24 ਘੰਟੇ ਗੱਲਾਂ ਹੀ ਮਾਇਆ ਦੀਆਂ ਕਰਦਾ ਉਸ ਦੀ ਸੰਗਤ ਤੋਂ ਪਰੇ ਹੋ ਜਾਓ ਉਹਦਾ ਕਾਰਨ ਹੈ ਕਾਰਨ ਕੀ ਹੈ ਇੱਕ ਕਦਮ ਅਸੀਂ ਅੱਗੇ ਨੂੰ ਤੁਰੀਏ ਅਤੇ ਚਾਰ ਕਦਮ ਅਸੀਂ ਪਿੱਛੇ ਨੂੰ ਤੁਰੀਏ ਅੱਗੇ ਨੂੰ ਨਹੀਂ ਪਿੱਛੇ ਨੂੰ ਚੱਲਾਂਗੇ ਵਾਧਾ ਬਸ ਇਹ ਹੈ ਕਦਮ ਭਾਵੇਂ ਇੱਕ ਹੀ ਪੁੱਟੀਏ ਪਰ ਜੇ ਪਿੱਛੇ ਨੂੰ ਪੁੱਟਣਾ ਬੰਦ ਕਰ ਦਈਏ ਨਾ ਤਾਂ ਹੌਲੀ ਹੌਲੀ ਕਿਤੇ ਨਾ ਕਿਤੇ ਪਹੁੰਚ ਜਾਵਾਂਗੇ ਗੁਰੂ ਦੀ ਸੰਗਤ ਘੰਟਾ ਹੀ ਕਰੀਏ ਪਰ ਜੇ ਨਿੰਦਿਆ ਕਰਨ ਵਾਲੇ ਕੋਲ ਚਾਰ ਘੰਟੇ ਬਹਿ ਗਏ ਜਿਹਦੇ ਕੋਲ ਗੱਲਾਂ ਹੀ ਮਾਇਆ ਦੀਆਂ ਉਹਦੇ ਕੋਲ ਪੰਜ ਘੰਟੇ ਬਹਿ ਗਏ ਗੱਲ ਨਹੀਂ ਨਾ ਬਣਨੀ ਫਿਰ ਤਾਂ ਉਹੀ ਹੈ ਨਾ ਪਿੱਛੇ ਨੂੰ ਤੁਰ ਪਏ ਅਸਲ ਸਾਡੀ ਜ਼ਿੰਦਗੀ ਦੀ ਸਮੱਸਿਆ ਇਹ ਹੈ ਸੰਗਤ ਕਰਨ ਵਾਲਾ ਮਨੁੱਖ ਵੀ ਕੀ ਕਾਰਨ ਹੈ ਅੱਗੇ ਨੂੰ ਤੁਰ ਨਹੀਂ ਰਿਹਾ ਕਿ ਘੰਟਾ ਸੰਗਤ ਕਰਦਾ ਤਿੰਨ ਘੰਟੇ ਦੂਜਿਆਂ ਕੋਲ ਜਾ ਕੇ ਬਹਿ ਜਾਂਦਾ ਇੱਦਾਂ ਹੀ ਹੁੰਦਾ ਸੰਗਤ ਵੀ ਕਰਨੀ ਹੈ ਅਤੇ ਗੁਰਮੁਖਾਂ ਦੀ ਕਰਨੀ ਹੈ ਰੱਬ ਦੇ ਪਿਆਰਿਆਂ ਦੀ ਕਰਨੀ ਹੈ ਜਿੱਥੇ ਗੁਰੂ ਦੀ ਗੱਲ ਕਰਨ ਵਾਲਾ ਹੋਵੇ ਉਹਦੀ ਕਰੀਏ ਤਾਂ ਜੋ ਘੱਟੋ ਘੱਟ ਅਸੀਂ ਪਿੱਛੇ ਨੂੰ ਨਾ ਤੁਰੀਏ ਇਸ ਕਰਕੇ ਪਾਤਸ਼ਾਹ ਨੇ ਕਿਹਾ ਗੁਣ ਗੋਬਿੰਦ ਕੀਰਤਨ ਜਨ ਗਾਵੈ ਜਦੋਂ ਭਾਈ ਉਸ ਪਰਮੇਸ਼ਰ ਦਾ ਜਨ ਗੋਬਿੰਦ ਦੇ ਗੁਣਾਂ ਦੀ ਕੀਰਤੀ ਕਰਦਾ ਗੋਬਿੰਦ ਦੀਆਂ ਸਿਫਤਾਂ ਕਰਦਾ ਪਰਮਾਤਮਾ ਦੇ ਸੋਹਲੇ ਗਾਉਂਦਾ ਗੁਰ ਪ੍ਰਸਾਦ ਗੁਰੂ ਦੇ ਪ੍ਰਸਾਦ ਗੁਰੂ ਦੀ ਕਿਰਪਾ ਨਾਲ ਨਾਨਕ ਫਲ ਪਾਵੈ ਉਹ ਆਤਮਕ ਆਨੰਦ ਦਾ ਫਲ ਪ੍ਰਾਪਤ ਕਰ ਲੈਂਦਾ ਉਹ ਬਿਸਮਾਦ ਦੀ ਅਵਸਥਾ ਨੂੰ ਪ੍ਰਾਪਤ ਕਰ ਲੈਂਦਾ ਹੈ ਪਾਤਸ਼ਾਹ ਕਿਰਪਾ ਕਰਨ ਭੁੱਲਾਂ ਚੁੱਕਾਂ ਦੀ ਖਿਮਾ ਫਤਿਹ ਬੁਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ